ਸਤਿ ਸ਼੍ਰੀ ਅਕਾਲ ਦਰਸ਼ਕੋ, ਮੈਂ ਛਵੀ ਤੁਹਾਡੇ ਸਭ ਦਾ ਸਵਾਗਤ ਕਰਦੇ ਹਾਂ ਸ਼ੋਅ ਦੇ ਵਿੱਚ, ਜਿਸਦਾ ਨਾਮ ਹੈ ਇਮੀਗ੍ਰੇਸ਼ਨ ਅਪਡੇਟ। ਅਤੇ ਅੱਜ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ ਇੱਦਾਂ ਦੇ ਐਕਸਪੀਰੀਅੰਸ ਦੇ ਨਾਲ ਜਿਹੜੇ ਕਿ ਤੁਹਾਨੂੰ ਬਾਹਰ ਜਾਣ ਬਾਰੇ ਸਹੀ ਅਤੇ ਸੁਚੱਜੀ ਰਾਹ ਦੇਣਗੇ। ਦਰਸ਼ਕੋ, ਬਹੁਤ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ, ਲੇਕਿਨ ਸਹੀ ਗਾਈਡੈਂਸ ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ ਜੇ ਤੁਸੀਂ ਆਪਣਾ ਸਮੇਂ ਬਚਾਉਣਾ ਚਾਹੁੰਦੇ ਹੋ ਅਤੇ ਆਪਣਾ ਪੈਸਾ ਬਚਾਉਣਾ ਚਾਹੁੰਦੇ ਹੋ। ਸੋ ਅੱਜ ਇੱਦਾਂ ਦੇ ਐਕਸਪੀਰੀਅੰਸ ਸਾਡੇ ਨਾਲ ਇਸ ਸ਼ੋਅ ਦੇ ਵਿੱਚ ਨੇ, ਜਿਹਨਾਂ ਨੇ ਕਾਫੀ ਲੰਬੇ ਅਰਸੇ ਤੋਂ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਕੰਮ ਕੀਤਾ ਹੈ। ਪਿਰਾਮਿਡ ਸਰਵਿਸਿਜ਼ ਦੇ ਡਾਇਰੈਕਟਰ ਅਤੇ ਵੀਜ਼ਾ ਐਕਸਪਰਟ ਮਿਸਟਰ ਬਹਨੂਰ ਸਿੰਘ ਬੇਦੀ ਜੀ। ਬੇਦੀ ਜੀ, ਸਭ ਤੋਂ ਪਹਿਲਾਂ ਸ਼ੋਅ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਛਵੀ ਜੀ, ਔਰ ਸਾਡੇ ਨਾਲ ਜੁੜੇ ਸਾਡੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਜੀ ਸਰ, ਅੱਜ ਇਸ ਸ਼ੋਅ ਦੇ ਵਿੱਚ ਮੈਂ ਖਾਸ ਕਰਕੇ ਸਭ ਤੋਂ ਪਹਿਲਾਂ ਆਸਟ੍ਰੇਲੀਆ ਬਾਰੇ ਜ਼ਰੂਰ ਗੱਲ ਕਰਨਾ ਚਾਹੂੰਗੀ, ਕਿਉਂਕਿ ਹੁਣ ਆਸਟ੍ਰੇਲੀਆ ਦੇ ਰੂਲਸ ਐਂਡ ਰੈਗੂਲੇਸ਼ਨਸ ਇੰਨੇ ਜ਼ਿਆਦਾ ਸਟ੍ਰਿਕਟ ਹੋ ਚੁੱਕੇ ਨੇ। ਸਟੂਡੈਂਟਸ ਨੇ ਉੱਥੇ ਜਾ ਕੇ ਕਾਫੀ ਅੰਬੈਸੀ ਨੂੰ ਮਿਸਗਾਈਡ ਕੀਤਾ, ਇੱਥੇ ਜਾ ਕੇ ਕੁਛ ਹੋਰ, ਇੱਥੇ ਕੁਛ ਹੋਰ ਕੋਰਸਿਸ ਦੇ ਵਿੱਚ ਗਏ, ਉੱਥੇ ਜਾ ਕੇ ਕੁਝ ਹੋਰ ਕੋਰਸਿਸ ਜੁਆਇਨ ਕਰ ਲਏ। ਇਸ ਤੋਂ ਬਾਅਦ ਕਿ ਇੰਪਰੈਸ਼ਨ ਜਿਹੜਾ ਹੈਗਾ ਸਟੂਡੈਂਟਸ ਦਾ ਕਾਫੀ ਮਾੜਾ ਗਿਆ ਆਸਟ੍ਰੇਲੀਅਨ ਅੰਬੈਸੀ 'ਤੇ ਸੁਣਨ ਦੇ ਵਿੱਚ ਇੱਕ ਆਇਆ ਕਿ ਆਸਟ੍ਰੇਲੀਅਨ ਕੁਛ ਕਾਲਜਿਸ ਜਾਂ ਯੂਨੀਵਰਸਿਟੀਜ਼ ਨੇ ਨੌਰਥ ਇੰਡੀਆ ਦੇ ਜਾਂ ਖਾਸ ਕਰਕੇ ਪੰਜਾਬ ਏਰੀਏ ਦੇ ਸੂਬੇ ਦੇ ਸਟੂਡੈਂਟਸ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ, ਅਤੇ ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਮਿਥ ਹੈ ਜਾਂ ਅਕਸਰ ਇਹ ਸੱਚਾਈ ਹੈ? ਦੇਖੀਏ ਛਵੀ ਜੀ, ਇਹ ਤਾਂ ਗੱਲ ਸੱਚ ਹੈ ਕਿ ਕਾਫੀ ਆਸਟ੍ਰੇਲੀਅਨ ਯੂਨੀਵਰਸਿਟੀਜ਼ ਨੇ ਪੰਜਾਬ ਦੇ ਸਟੂਡੈਂਟਸ ਨੂੰ ਪੰਜਾਬ, ਹਰਿਆਣਾ ਅਤੇ ਗੁਜਰਾਤ ਦੇ, ਸੋ ਇਕੱਲਾ ਪੰਜਾਬ ਨਹੀਂ, ਪੰਜਾਬ, ਹਰਿਆਣਾ, ਗੁਜਰਾਤ ਦੇ ਸਟੂਡੈਂਟਸ ਨੂੰ ਬਲੈਕਲਿਸਟ ਕਰ ਦਿੱਤਾ ਹੈ। ਕਿਉਂ? ਕਿਉਂਕਿ ਰਿਫਿਊਜ਼ਲ ਰੇਟ 2009-15 ਦੇ ਵਿੱਚ ਥੋੜ੍ਹਾ ਜਿਹਾ ਅਪ ਗਿਆ ਹੈ, ਜਿਸ ਕਰਕੇ ਯੂਨੀਵਰਸਿਟੀਜ਼ ਕੰਸਰਨਡ ਹੈ। ਸਟ੍ਰੀਮਲਾਈਨ ਵੀਜ਼ਾ ਦੀ ਜਿਹੜੀ ਮੁੱਖ ਸ਼ਰਤ ਸੀ ਉਹ ਇਹ ਸੀ ਕਿ ਘੱਟ ਤੋਂ ਘੱਟ 90% ਅਪਰੂਵਲ ਰੇਟ ਆਉਣਾ ਚਾਹੀਦਾ। ਸੋ ਜੇ 100 ਐਪਲੀਕੇਸ਼ਨਾਂ ਕਿਸੇ ਯੂਨੀਵਰਸਿਟੀ ਦੀ ਅੰਬੈਸੀ ਦੇ ਅੰਦਰ ਗਈਆਂ, ਘੱਟ ਤੋਂ ਘੱਟ 90% ਐਪਲੀਕੇਸ਼ਨ ਦੇ ਵੀਜ਼ੇ ਆਉਣੇ ਚਾਹੀਦੇ ਹੈ। ਜੇ ਇਹ ਤੋਂ ਘੱਟ ਅਪਰੂਵਲ ਰੇਟ ਆਉਂਦਾ ਹੈ, 85%, 80% 'ਤੇ ਅਪਰੂਵਲ ਰੇਟ ਡਿੱਗ ਜਾਂਦਾ ਹੈ, ਤਾਂ ਯੂਨੀਵਰਸਿਟੀਜ਼ ਦੀ ਰਿਸਕ ਰੇਟਿੰਗ ਉੱਪਰ ਇਫੈਕਟ ਪੈਂਦਾ। ਰਿਸਕ ਰੇਟਿੰਗ ਇਫੈਕਟ ਪੈਣ ਨਾਲ ਉਹ ਡਿਟਰਮਿਨ ਹੁੰਦਾ ਹੈ ਕਿ ਫੋਰਨ ਕੰਟਰੀਜ਼ ਤੋਂ ਉਹ ਯੂਨੀਵਰਸਿਟੀ ਰਿਕਰੂਟ ਕਰ ਪਾਏਗੀ ਕਿ ਨਹੀਂ ਕਰ ਪਾਏਗੀ। ਇਸ ਲਈ ਹਰ ਯੂਨੀਵਰਸਿਟੀ ਇੰਟਰਨੈਸ਼ਨਲ ਸਟੂਡੈਂਟਸ ਰਿਕਰੂਟ ਕਰਨਾ ਚਾਹੁੰਦੀ ਹੈ, ਨਾ ਹੀ ਸਿਰਫ ਹਿੰਦੁਸਤਾਨ ਤੋਂ ਪਰ ਹੋਰ ਸਾਰੇ ਮੁਲਕਾਂ ਤੋਂ। ਅਤੇ ਰਿਸਕ ਰੇਟਿੰਗ ਦੇ ਇਫੈਕਟ ਨਾਲ ਇਹ ਸਟੂਡੈਂਟ ਰਿਕਰੂਟਮੈਂਟ, ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਯੂਨੀਵਰਸਿਟੀਜ਼ ਦੀ ਬੰਦ ਹੋ ਸਕਦੀ ਹੈ। ਇਸ ਕਰਕੇ ਕੋਈ ਵੀ ਆਪਣੇ ਬਿਜ਼ਨਸ ਨੂੰ ਲੋਸ 'ਤੇ ਨਹੀਂ ਲੈ ਕੇ ਜਾਣਾ ਚਾਹੇਗਾ। ਇਸ ਲਈ ਇਹ ਕੁਛ ਯੂਨੀਵਰਸਿਟੀਜ਼ ਨੇ ਡਿਸੀਜਨ ਲਿਆ ਹੈ, ਪਰ ਇਹ ਇੱਕ ਟੈਂਪਰੇਰੀ ਡਿਸੀਜਨ ਹੈ, ਇਹ ਇੱਕ ਪਰਮਨੈਂਟ ਡਿਸੀਜਨ ਨਹੀਂ ਹੈ ਛਵੀ ਜੀ। ਦਿਸ ਇਜ਼ ਗੋਇੰਗ ਟੂ ਰਿਮੇਨ ਫੋਰ ਸਮ ਟਾਈਮ। ਜਦੋਂ ਵੀਜ਼ਾ ਅਪਰੂਵਲਸ ਉਹਨਾਂ ਯੂਨੀਵਰਸਿਟੀਜ਼ ਦੇ ਦੁਆਰਾ ਤੋਂ 90% ਤੋਂ ਉੱਪਰ ਹੋ ਜਾਣਗੇ, ਦੇ ਵਿਲ ਅਗੇਨ ਸਟਾਰਟ ਰਿਕਰੂਟਿੰਗ, ਕਿਉਂਕਿ ਇਹ ਇੱਕ ਸਾਲ ਦੇ ਪੀਰੀਅਡ ਵਿੱਚ ਅੰਬੈਸੀਆਂ ਦੇਖਦੀਆਂ ਕਿ ਪੂਰੇ ਇੱਕ ਕੈਲੰਡਰ ਈਅਰ ਦੇ ਵਿੱਚ ਵਿੱਚ ਯੂਨੀਵਰਸਿਟੀਜ਼ ਦਾ ਅਪਰੂਵਲ ਔਰ ਰਿਫਿਊਜ਼ਲ ਰੇਟ ਕਿੰਨਾ ਗਿਆ। ਜਿੱਥੋਂ ਤੱਕ ਅੰਬੈਸੀਆਂ ਦਾ ਸਵਾਲ ਹੈ ਛਵੀ ਜੀ, ਉਸ ਗੱਲ 'ਤੇ ਮੈਂ ਤੁਹਾਡੇ ਨਾਲ ਜ਼ਰੂਰ ਡਿਸਐਗਰੀ ਕਰਾਂਗਾ, ਕਿਉਂਕਿ ਵੀਜ਼ਾਜ਼ ਆ ਰਹੇ ਹੈ, ਯੂਨੋ ਵੀਜ਼ੇਜ਼ ਵਿੱਚ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਹੁਣ ਅੱਜ ਵੀ ਜਦੋਂ ਆਪਾਂ ਟੋਕ ਸ਼ੋਅਜ਼ ਦੇ ਸੁਣ, ਪਹਿਲੇ ਵੀ ਆਪਾਂ ਗੱਲ ਕੀਤੀ ਕਿ ਯੂਨੋ ਪਿਰਾਮਿਡ ਦੇ ਪਿਛਲੇ ਹਫ਼ਤੇ ਵਿੱਚ ਹੀ ਆਸਟ੍ਰੇਲੀਆ ਦੇ ਘੱਟ ਘੱਟ 27-28 ਵੀਜ਼ੇ ਆਏ ਹੈ। ਸੋ 27-28 ਵੀਜ਼ੇ ਇੱਕ ਹਫ਼ਤੇ ਦੇ ਵਿੱਚ ਮੀਨਸ ਅ ਲੋਟ, ਔਰ ਉਹ ਤਾਂ ਉਦੋਂ ਤੱਕ ਪੋਸੀਬਲ ਨਹੀਂ ਹੈ ਜਦੋਂ ਤੱਕ ਅੰਬੈਸੀ ਯੂਨੋ ਵੀਜ਼ਾ ਨਾ ਦੇਵੇ, ਔਰ ਉਦੋਂ ਤੱਕ ਪੋਸੀਬਲ ਨਹੀਂ ਹੈ ਜਦੋਂ ਤੱਕ ਅੰਬੈਸੀ ਪੋਜ਼ਿਟਿਵ ਨਾ ਹੋਵੇ ਸਾਡੇ ਸਟੂਡੈਂਟਸ ਨੂੰ ਲੈ ਕੇ। ਸੋ ਇਸ ਲਈ ਇੱਦਾਂ ਦੀ ਘਬਰਾਉਣ ਦੀ ਕੋਈ ਗੱਲ ਨਹੀਂ ਹੈ। ਕੁਛ ਗਿਣੀਆਂ ਚੁਣੀਆਂ ਹੈਂਡਫੁੱਲ ਆਫ ਯੂਨੀਵਰਸਿਟੀਜ਼ ਨੇ ਪੰਜਾਬ ਵਿੱਚੋਂ ਰਿਕਰੂਟਮੈਂਟ ਬੰਦ ਕੀਤੀ ਹੈ, ਪਰ ਹਜੇ ਵੀ 75% ਯੂਨੀਵਰਸਿਟੀਜ਼ ਪੰਜਾਬ 'ਚੋਂ ਰਿਕਰੂਟਮੈਂਟ ਕਰ ਰਹੀ ਹੈ, ਹਜੇ ਵੀ 90% ਵੀਜ਼ਾ ਅਪਰੂਵਲ ਆ ਰਹੇ ਹੈ। ਅਲਟੀਮੇਟਲੀ ਜੋ ਤੁਸੀਂ ਗੱਲ ਕਹਿ ਰਹੇ ਹੋ ਉਹ ਬੇਸਿਕਲੀ ਤੁਸੀਂ ਨਹੀਂ ਕਹਿ ਰਹੇ, ਜਿਹੜੇ ਕੰਸਲਟੈਂਟਸ ਦੇ ਨਾਲ ਤੁਸੀਂ ਟੋਕ ਸ਼ੋਅ ਉੱਪਰ ਬੈਠਦੇ ਹੋ, ਇਹ ਤੁਸੀਂ ਉਹਨਾਂ ਦੀ ਜ਼ਬਾਨੀ, ਉਹਨਾਂ ਯੂਨੋ ਦੀ ਗੱਲਾਂ ਸੁਣ ਸੁਣ ਕੇ ਤੁਸੀਂ ਉਹਨਾਂ ਦੀ ਗੱਲ ਸਾਡੇ ਨਾਲ ਰਿਪੀਟ ਕਰ ਰਹੇ ਹੋ। ਬਿਲਕੁਲ। ਸਾਡੀ ਲਾਈਨ ਵਿੱਚ ਮੈਂ ਬੜੇ ਦੁੱਖ ਨਾਲ ਹੀ ਗੱਲ ਕਹਿੰਦਾ, ਸਾਡੀ ਲਾਈਨ ਦੇ ਵਿੱਚ
ਇਹ ਗੱਲ ਬਹੁਤ ਜ਼ਿਆਦਾ ਚੱਲਦੀ ਹੈ ਕਿ ਜਿੰਨਾ ਡਰਾਉਂਗੇ ਉਨੇ ਹੀ ਵੱਧ ਪੈਸੇ ਘੋਟੂਗੇ। ਸੋ ਜਦੋਂ ਤੱਕ ਡਰਾਉਂਗੇ ਨਹੀਂ ਬੰਦਾ ਆਪਣੀ ਜੇਬ ਕਿੱਦਾਂ ਢਿੱਲੀ ਕਰੇਗਾ। ਸੋ ਇਸ ਲਈ ਏਦਾਂ ਦੀ ਕੋਈ ਗੱਲ ਨਹੀਂ ਹੈ। ਵੀਜ਼ਾਸ ਆਸਟ੍ਰੇਲੀਆ ਦੇ ਆ ਰਹੇ ਹੈ, ਐਡਵਾਂਸ ਡਿਪਲੋਮੇ ਦੇ ਵੀ ਆ ਰਹੇ ਹੈ, ਡਿਗਰੀ ਦੇ ਵੀ ਆ ਰਹੇ ਹੈ, ਮਾਸਟਰਸ ਡਿਗਰੀ ਦੇ ਵੀ ਆ ਰਹੇ ਹੈ। ਸੋ ਏਦਾਂ ਦੇ ਟੋਕ ਸ਼ੋਅ ਤੇ ਆ ਕੇ ਇਹ ਸੁਣ ਕੇ ਕਿ ਵੀਜ਼ਾ ਨਹੀਂ ਆ ਰਹੇ, ਜ਼ਿਆਦਾ ਪੈਸੇ ਕਿਸੇ ਨੂੰ ਜਾ ਕੇ ਦੇਣ ਦੀ ਲੋੜ ਨਹੀਂ ਕਿ ਆਸਟ੍ਰੇਲੀਆ ਭੇਜ ਦੇ। ਸਾਡੇ ਕੋਲ ਵੀ ਬੱਚੇ ਆਉਂਦੇ, ਛਵੀ ਜੀ ਕਹਿੰਦੇ 10 ਲੱਖ ਰੁਪਈਆ ਲੈ ਲਓ, ਦਸਤਾਵੇਜ਼ ਲੈ ਲਓ ਔਰ ਸਾਨੂੰ ਆਸਟ੍ਰੇਲੀਆ ਭੇਜ ਦਿਓ, 15 ਲੱਖ ਰੁਪਏ ਲੈ ਲਓ, ਅਮਰੀਕਾ ਭੇਜ ਦਿਓ, 20 ਲੱਖ ਰੁਪਈਆ ਲੈ ਲਓ, ਕੈਨੇਡਾ ਭੇਜ ਦਿਓ। ਸਾਡਾ ਸਿਰਫ ਇੱਕੋ ਰਿਪਲਾਈ ਹੁੰਦਾ ਹੈ ਕਿ ਜੇ ਤੁਹਾਡੀ ਐਲੀਜੀਬਿਲਿਟੀ ਬੰਦੀ ਹੋਈ ਤਾਂ ਡੈਫੀਨੇਟਲੀ ਭੇਜਾਂਗੇ, ਜਿੰਨਾ ਖਰਚਾ ਯੂਨੀਵਰਸਿਟੀ ਵਾਲੇ ਮੰਗਣਗੇ ਉਨਾ ਹੀ ਖਰਚੇ ਦੇ ਨਾਲ ਭੇਜਾਂਗੇ, ਬਾਕੀ ਪੈਸਾ ਕਿਸੇ ਸੰਸਥਾ ਨੂੰ ਜਾ ਕੇ ਦਾਨ ਦੇ ਦਿਓ, ਬਾਕੀ ਪੈਸਾ ਜਿਹੜੇ ਬੱਚੇ ਪੜ੍ਹਾਈ ਨਹੀਂ ਕਰ ਪਾ ਰਹੇ, ਜਿਹੜੇ ਬੱਚਿਆਂ ਨੂੰ ਫੈਸਿਲਿਟੀਜ਼ ਨਹੀਂ ਹੈਗੀਆਂ ਉਹਨਾਂ ਨੂੰ ਜਾ ਕੇ ਦੇ ਦਿਓ। ਸੋ ਇਸ ਲਈ ਵੱਧ ਪੈਸੇ ਲੁਟਾਉਣ ਦੀ ਲੋੜ ਨਹੀਂ ਹੈ, ਜੇ ਐਲੀਜੀਬਿਲਿਟੀ ਹੈ ਤਾਂ ਹੀ ਵੀਜ਼ਾ ਆਏਗਾ, ਜੇ ਐਲੀਜੀਬਿਲਿਟੀ ਨਹੀਂ ਹੈ ਤਾਂ ਜਿੰਨੇ ਮਰਜ਼ੀ 1 ਲੱਖ ਰੁਪਏ ਸੁੱਟ ਦਿਓ, ਹੁਣ ਉਹ ਗੱਲਾਂ ਨਹੀਂ ਗਈਆਂ, ਹੁਣ ਕਬੂਤਰਬਾਜ਼ੀ ਬੰਦ ਹੋ ਚੁੱਕੀ ਹੈ, ਪੰਜਾਬ 'ਚੋਂ ਵੀ ਬੰਦ ਹੋ ਚੁੱਕੀ ਹੈ, ਮੈਕਸੀਕੋ ਦੇ ਰਸਤੇ ਹੁਣ ਮੈਕਸੀਕੋ ਦੇ ਬਾਰਡਰ USA ਦੇ ਨਾਲ ਚਾਹੇ ਹੈਗੇ ਆ ਪਰ ਹੁਣ ਉਹ ਵੀ ਟਾਈਟ ਹੋ ਚੁੱਕੇ। ਸੋ ਇਸ ਲਈ ਇਲੀਗਲ ਵੇਜ਼ ਤੋਂ ਤੌਬਾ ਕਰੋ, ਲੀਗਲੀ ਜਾਣਾ ਹੀ ਬਹੁਤ ਆਸਾਨ ਹੋ ਚੁੱਕਾ ਹੈ। ਸੋ ਜੇ ਲੀਗਲੀ ਜਾਣਾ ਆਸਾਨ ਹੈ ਤਾਂ ਆਪਾਂ ਬਗੈਰ ਗੱਲੋਂ ਇਲੀਗਲ ਜਾ ਕੇ ਇੱਕ ਤਾਂ ਆਪਣੀ ਜ਼ਿੰਦਗੀ ਨੂੰ ਰਿਸਕ 'ਚ ਪਾਈਏ, ਦੂਜੀ ਗੱਲ ਆਪਾਂ ਆਪਣੇ ਪੈਸੇ ਵੀ ਖਰਾਬ ਕਰੀਏ। ਬਿਲਕੁਲ ਬਿਲਕੁਲ ਦਰਸ਼ਕੋ, ਬਹੁਤ ਸਹੀ ਗੱਲ ਹੈ ਕਿਉਂਕਿ ਅਸੀਂ ਅਲੱਗ ਅਲੱਗ ਟਾਕ ਸ਼ੋਅਜ਼ ਦੇ ਵਿੱਚ ਅਲੱਗ ਅਲੱਗ ਕੰਸਲਟੈਂਟ ਤੋਂ ਗੱਲਾਂ ਜ਼ਰੂਰ ਪੁੱਛਦੇ ਨੇ, ਲੇਕਿਨ ਫਿਰ ਵੀ ਉਹਨਾਂ ਦੀਆਂ ਤਹਿਾਂ 'ਤੇ ਜਾਣਾ, ਉਸ ਗੱਲ ਦੀ ਸੱਚਾਈ ਨੂੰ ਪਰਖਣਾ ਇਹ ਮੇਰੀ ਜ਼ਿੰਮੇਦਾਰੀ ਹੁੰਦੀ ਹੈ। ਇਸੇ ਲਈ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜਿਹੜੀ ਗੱਲਾਂ ਅਸੀਂ ਸੁਣਦੇ ਹਾਂ ਮਾਰਕੀਟ ਦੇ ਵਿੱਚ ਉੜੀਆਂ ਨੇ ਜਾਂ ਅੰਬੈਸੀ ਵੱਲੋਂ ਸਾਨੂੰ ਸੁਣਨ ਦੇ ਵਿੱਚ ਮਿਲਦੀਆਂ ਨੇ, ਉਹ ਇਸ ਸ਼ੋਅ ਦੇ ਵਿੱਚ ਵੱਖ ਵੱਖ ਐਕਸਪਰਟਸ ਦੇ ਜ਼ਰੀਏ, ਉਹਨਾਂ ਦੇ ਐਕਸਪੀਰੀਅੰਸ ਦੇ ਜ਼ਰੀਏ ਮੈਂ ਜ਼ਰੂਰ ਉਹਨਾਂ ਗੱਲਾਂ ਨੂੰ ਕਲੈਰੀਫਾਈ ਕਰਾਂ ਅਤੇ ਤੁਹਾਡੇ ਤੱਕ ਲੈ ਕੇ ਆਵਾਂ, ਕਿਉਂਕਿ ਤੁਹਾਨੂੰ ਵੀ ਇਹ ਸਾਰੀਆਂ ਗੱਲਾਂ ਵੱਖ ਵੱਖ ਕੰਸਲਟੈਂਟਸ ਤੋਂ ਸੁਣਨ ਨੂੰ ਮਿਲਦੀਆਂ ਨੇ। ਲੇਕਿਨ ਇਹਨਾਂ ਗੱਲਾਂ ਦੀ ਸੱਚਾਈ ਕੀ ਹੈ, ਇਹਦੇ ਪਿੱਛੇ ਦਾ ਰੀਜ਼ਨ ਕੀ ਹੈ, ਹਮੇਸ਼ਾ ਇੱਕ ਐਕਸਪੀਰੀਅੰਸ ਹੀ ਦੱਸ ਸਕਦਾ, ਜਿਵੇਂ ਕਿ ਬਹਿਨੂਰ ਸਿੰਘ ਬੇਦੀ ਇਸ ਸ਼ੋਅ ਦੇ ਵਿੱਚ ਸਾਡੇ ਨਾਲ ਬੈਠੇ ਨੇ, ਕਾਫੀ ਸਾਲਾਂ ਤੋਂ ਇਮੀਗ੍ਰੇਸ਼ਨ ਦੀ ਫੀਲਡ ਦੇ ਵਿੱਚ ਸਟੂਡੈਂਟਸ ਨੂੰ ਸਰਵਿਸਿਜ਼ ਦਿੰਦੇ ਆ ਰਹੇ ਨੇ। ਸੋ ਇਹਨਾਂ ਦਾ ਹੀ ਐਕਸਪੀਰੀਅੰਸ ਹੈ, ਹੁਣ ਤੱਕ ਇਹਨਾਂ ਦੇ ਆਸਟ੍ਰੇਲੀਆ ਦੇ ਕਾਫੀ ਜ਼ਿਆਦਾ ਵੀਜ਼ਾਸ ਆ ਚੁੱਕੇ ਨੇ, ਦੈਟ ਮੀਨਸ ਕਾਫੀ ਫਾਈਲਸ ਹੈ ਜਿਹੜੀਆਂ ਆਪਣੇ ਤੋਂ ਗੋ ਥਰੂ ਕਰ ਚੁੱਕੇ ਨੇ। ਸੋ ਇਹਨਾਂ ਨੂੰ ਪਤਾ ਕਿ ਹਰ ਫਾਈਲ ਦਾ ਕਿਹੜਾ ਕ੍ਰਾਈਟੀਰੀਆ ਹੋਣਾ ਚਾਹੀਦਾ। ਕ੍ਰਾਈਟੀਰੀਆ ਦੀ ਗੱਲ ਕਰਦੇ ਹਾਂ ਬੇਦੀ ਜੀ, ਹੁਣ ਜਿਵੇਂ ਕਿ ਆਸਟ੍ਰੇਲੀਆ ਕਾਫੀ ਜ਼ਿਆਦਾ ਸਟ੍ਰਿਕਟ ਹੋ ਚੁੱਕਾ ਹੈ ਜਦੋਂ ਦਾ GTA ਕ੍ਰਾਈਟੀਰੀਆ ਆਇਆ ਹੈ। ਬਿਲਕੁਲ ਵੀ ਸਟ੍ਰਿਕਟ ਨਹੀਂ ਹੋਇਆ, ਮੈਂ ਫਿਰ ਤੁਹਾਨੂੰ ਟੋਕਣਾ ਚਾਹਾਂਗਾ ਇਸ ਗੱਲ ਤੇ, ਤੁਸੀਂ ਸਟ੍ਰਿਕਟ ਨੂੰ ਲੈ ਕੇ ਐਮਫੈਸਿਸ ਨਾ ਪਾਓ। ਆਸਟ੍ਰੇਲੀਆ ਬਹੁਤ ਲੀਨੀਅੰਟ ਹੈ ਬੱਚਿਆਂ ਨੂੰ ਲੈ ਕੇ, ਐਡਮਿਸ਼ਨ ਰਿਕੁਆਇਰਮੈਂਟ ਹੁਣ ਸੈੱਟ ਹੋ ਗਈ ਹੈ। ਬਿਲਕੁਲ, ਕਿਉਂਕਿ ਕ੍ਰਾਈਟੀਰੀਆ ਤੇ ਕਾਫੀ ਜ਼ਿਆਦਾ ਸਟ੍ਰਿਕਟ ਹੈ, ਮੈਂ ਸਟ੍ਰਿਕਟ ਨਹੀਂ ਕਹੂੰਗੀ, ਸਟ੍ਰਿਕਟ ਚਾਹੇ ਜਿਵੇਂ ਕਿ ਬੇਦੀ ਜੀ ਨੇ ਕਿਹਾ ਕਿ ਸਟ੍ਰਿਕਟ ਬਿਲਕੁਲ ਨਹੀਂ ਹੋਇਆ, ਲੇਕਿਨ ਸਟ੍ਰਿਕ ਜ਼ਰੂਰ ਹੋ ਗਿਆ ਕਿ ਜਿਹੜਾ ਕ੍ਰਾਈਟੀਰੀਆ ਉਹਨਾਂ ਨੇ ਸੈੱਟ ਕਰਤਾ ਉਹ ਪਹਿਲੇ ਨਹੀਂ ਸੀ, ਉਹਨੂੰ ਫਾਲੋ ਕਰਨਾ ਜ਼ਰੂਰੀ ਹੈ। ਸੋ ਪਹਿਲੇ 2012-13-14 ਵਿੱਚ ਜਦੋਂ SVP ਸ਼ੁਰੂ ਹੋਇਆ, ਯੂ ਨੋ 10-10 ਸਾਲ ਦੇ ਗੈਪ ਵਾਲੇ ਬੱਚਿਆਂ ਨੇ ਵੀ ਅਪਲਾਈ ਕੀਤਾ, ਉਹਨਾਂ ਦੇ ਵੀਜ਼ੇ ਵੀ ਆਏ, ਹੁਣ ਕ੍ਰਾਈਟੀਰੀਆ ਸੈੱਟ ਹੋ ਗਿਆ। ਸੋ ਕ੍ਰਾਈਟੀਰੀਆ ਆਪਾਂ ਅੰਡਰਸਟੈਂਡ ਕਰਦੇ ਹਾਂ, ਜੇ ਤੁਸੀਂ 12th ਕੀਤੀ ਹੋਈ ਹੈ ਤੇ 2014-15 ਤੁਸੀਂ ਪਾਸ ਆਊਟ ਹੋਣੇ ਚਾਹੀਦੇ ਹੋ, ਨੰਬਰ ਘੱਟ ਤੋਂ ਘੱਟ 55% ਤੁਹਾਡੇ ਨੰਬਰ ਹੋਣੇ ਚਾਹੀਦੇ ਹੈ, ਕੋਈ ਫੇਲ ਨਹੀਂ ਕਿਸੇ ਸਬਜੈਕਟ ਤੁਸੀਂ ਹੋਣੇ ਚਾਹੀਦੇ। ਆਈਲੈਟਸ ਵਿੱਚ 5 ਬੈਂਡ ਵੀ ਐਕਸੈਪਟੇਬਲ ਹੈ। ਸੋ ਇਹ ਨਾ ਸੋਚੋ ਕਿ 5.5 ਬੈਂਡ ਚਾਹੀਦੇ ਹੈ, ਜੇ ਕਿਸੇ ਕਾਰਨ ਵਿੱਚ ਤੁਹਾਡੇ 5.5 ਬੈਂਡ ਨਹੀਂ ਆ ਰਹੇ ਤਾਂ 5 ਬੈਂਡ ਤੇ ਐਲੀ ਕੋਰਸ ਦੇ ਨਾਲ ਹੁਣ ਤੁਸੀਂ ਆਸਟ੍ਰੇਲੀਆ ਜਾ ਸਕਦੇ ਹੋ, ਪ੍ਰੋਵਾਈਡਿਡ 2014-2015 ਤੁਸੀਂ ਪਾਸ ਆਊਟ ਹੋਵੋ, 5 ਬੈਂਡ ਆਈਲੈਟਸ ਦੇ ਤੁਹਾਡੇ ਹੋਣ, 5.5 ਹੈ ਅਤੇ ਸਾਡੇ ਕੋਲ ਆਪਸ਼ਨਸ ਕੀ ਹੈ, ਡਿਪਲੋਮਾ ਲੀਡਿੰਗ ਟੂ ਡਿਗਰੀ, ਡਾਇਰੈਕਟ ਡਿਗਰੀ ਜਾਂ ਐਲੀ ਕੋਰਸ ਵਿਦ ਐਡਵਾਂਸ ਡਿਪਲੋਮਾ। ਸੋ ਇਸ ਆਪਸ਼ਨਸ ਨਾਲ ਆਪਾਂ ਜਾ ਸਕਦੇ ਹਾਂ। ਸੋ 12ਵੀਂ ਪਾਸ ਬੱਚਿਆਂ ਲਈ 3 ਰੂਟ ਖੁੱਲ੍ਹ ਚੁੱਕੇ ਆ, ਇੱਕ ਤਾਂ ਐਡਵਾਂਸ ਡਿਪਲੋਮਾ ਦਾ ਉਹਨਾਂ ਬੱਚਿਆਂ ਲਈ
ਜਿਹੜੇ ਡਿਗਰੀ ਨਹੀਂ ਕਰਨਾ ਚਾਹੁੰਦੇ ਕਿਉਂ ਕਿਉਂਕਿ ਡਿਗਰੀ ਔਖੀ ਲੱਗਦੀ ਹੈ ਜਾਂ ਡਿਗਰੀ ਵਿੱਚ ਖਰਚਾ ਵੱਧ ਹੈ, ਸੋ ਐਡਵਾਂਸ ਡਿਪਲੋਮਾ ਰੂਟ ਹੈ ਜਿਹਦੇ ਵਿੱਚ ਖਰਚਾ ਘੱਟ ਹੈ, ਜਿਹੜੀ ਪੜ੍ਹਾਈ ਸੌਖੀ ਹੈ, ਜਿਹਦੇ ਵਿੱਚ ਕਲਾਸ ਸਾਈਜ਼ ਛੋਟਾ ਹੋਣ ਕਰਕੇ ਬੱਚਿਆਂ ਉੱਪਰ ਕੰਸੈਂਟਰੇਸ਼ਨ ਜ਼ਿਆਦਾ ਦਿੱਤੀ ਜਾਂਦੀ, ਬੱਚੇ ਡਿਵੈਲਪ ਜ਼ਿਆਦਾ ਹੁੰਦੇ ਹੈ, ਐਡਵਾਂਸ ਡਿਪਲੋਮੇ ਸਪੈਸ਼ਲਾਈਜ਼ਡ ਹੈ ਜੋਬਸ ਨੂੰ ਲੈ ਕੇ, ਸੋ ਇਸ ਕਰਕੇ ਐਡਵਾਂਸ ਡਿਪਲੋਮਾ ਡਿਪਲੋਮਾ ਲੀਡਿੰਗ ਟੂ ਡਿਗਰੀ ਉਹਨਾਂ ਬੱਚਿਆਂ ਲਈ ਜਿਨ੍ਹਾਂ ਦੇ 5.5 ਬੈਂਡ ਆਏ ਹੈ, ਯੂਨੋ ਡਿਗਰੀ ਦੀ ਰਿਕੁਆਇਰਮੈਂਟ ਹੈਗੀ ਹੈ 60%, 70%, ਪਰ ਨੰਬਰ ਆਏ ਆ 50, 52, 55%, ਤੋਂ ਡਿਗਰੀ 'ਚ ਦਾਖਲਾ ਨਹੀਂ ਮਿਲ ਰਿਹਾ ਪਰ ਕਰਨਾ ਚਾਹੁੰਦੇ ਡਿਗਰੀ, ਸੋ ਡਿਪਲੋਮਾ ਲੀਡਿੰਗ ਟੂ ਡਿਗਰੀ ਉਹ ਬੱਚੇ ਕਰ ਸਕਦੇ ਆ। ਡਾਇਰੈਕਟ ਡਿਗਰੀ ਜਿਹੜੇ ਬੱਚੇ ਲਾਇਕ ਹੈ, ਜਿਹੜੇ ਬੱਚੇ ਇੱਕ ਕਰੀਅਰ ਸੋਚਦੇ ਆ, ਵਾਈਟ ਕੋਲਰ ਜੋਬ ਸੋਚਦੇ ਆ, ਆਪਣਾ ਭਵਿੱਖ ਡਿਗਰੀ ਤੋਂ ਬਾਅਦ ਬਣਾਉਣ ਦਾ ਸੋਚ ਰਹੇ ਆ, ਉਹ ਡਾਇਰੈਕਟ ਡਿਗਰੀ ਵਿੱਚ ਵੀ ਜਾ ਸਕਦੇ। ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਰੋਕਣਾ ਚਾਹੂੰਗੀ ਬੇਦੀ ਜੀ, ਐਡਵਾਂਸ ਡਿਪਲੋਮਾ ਦੇ ਵਿੱਚ ਇੱਕ ਟਾਈਮ ਆਇਆ ਸੀ ਜਦੋਂ ਵੀਜ਼ਾ ਰੇਟ ਜਿਹੜਾ ਰਿਫਿਊਜ਼ਲ ਰੇਟ ਸੀ ਕਾਫੀ ਜ਼ਿਆਦਾ ਵੱਧ ਗਿਆ ਸੀਗਾ, ਸੋ ਹੁਣ ਇੱਦਾਂ ਦੇ ਕਿਹੜੇ ਰੀਜ਼ਨਸ ਹੈ ਕਿ ਐਡਵਾਂਸ ਡਿਪਲੋਮਾਸ ਮੁੜ ਕੇ ਐਂਟਰਟੇਨ ਹੋ ਰਹੇ ਨੇ ਅਤੇ ਸਟੂਡੈਂਟਸ ਦੇ ਵੀਜ਼ਾ ਆ ਰਹੇ ਨੇ? ਪਹਿਲੀ ਗੱਲ ਤਾਂ ਐਡਵਾਂਸ ਡਿਪਲੋਮਾ ਚੂਜ਼ ਕਰੋ SVP ਸਰਵਿਸ ਪ੍ਰੋਵਾਈਡਰ ਦਾ, ਸੋ 572 ਐਡਵਾਂਸ ਡਿਪਲੋਮਾ ਬੇਸਿਕਲੀ ਜਿਹੜਾ ਹੈ 572 ਸਬ ਕਲਾਸ ਹੈ, 572 ਵਿੱਚ ਫੰਡਸ ਦੀ ਰਿਕੁਆਇਰਮੈਂਟ ਕਾਫੀ ਲੰਬੀ ਚੌੜੀ ਹੈ, ਜੇ ਤੁਹਾਡਾ ਪ੍ਰੋਵਾਈਡਰ SVP ਨਹੀਂ ਹੈ, ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਪ੍ਰੋਵਾਈਡਰ ਨਹੀਂ ਹੈ ਅਤੇ ਉਹਦੀਆਂ ਫੰਡਸ ਦੀਆਂ ਫਾਈਨੈਂਸ਼ੀਅਲ ਰਿਕੁਆਇਰਮੈਂਟਸ ਬਹੁਤ ਜ਼ਿਆਦਾ ਹਾਈ ਹੈ, ਇਸ ਕਰਕੇ SVP ਪ੍ਰੋਵਾਈਡਰ ਚੂਜ਼ ਕਰੋ, ਉਹਨੂੰ ਇਹ ਚੀਜ਼ ਦਾ ਫਾਇਦਾ ਮਿਲ ਜਾਂਦਾ ਹੈ। ਨੰਬਰ 1, ਨੰਬਰ 2, ਗੈਪ ਨਾ ਹੋਵੇ ਪੜ੍ਹਾਈ ਦੇ ਵਿੱਚ, ਪਰਸੈਂਟੇਜ ਘੱਟ ਤੋਂ ਘੱਟ 55-60% ਨੰਬਰ ਹੋਵੇ ਐਡਵਾਂਸ ਡਿਪਲੋਮੇ ਦੇ ਵੀਜ਼ੇ ਆ ਰਹੇ, ਜਿਹੜੀ ਮੈਂ ਗੱਲ ਕੀਤੀ 27 ਵੀਜ਼ੇ ਪਿਛਲੇ ਹਫ਼ਤੇ ਆਏ ਹੈ, ਉਹਨਾਂ 'ਚੋਂ 11 ਵੀਜ਼ੇ ਸਿਰਫ ਔਰ ਸਿਰਫ ਐਡਵਾਂਸ ਡਿਪਲੋਮੇ ਦੇ ਆਏ ਹੈ, ਸੋ ਐਡਵਾਂਸ ਡਿਪਲੋਮੇ ਦੇ ਵੀਜ਼ੇ ਆ ਰਹੇ ਹੈ, ਪ੍ਰੋਵਾਈਡਡ ਬੱਚੇ ਦੇ ਸਟੱਡੀ ਦੇ ਵਿੱਚ ਗੈਪ ਨਾ ਹੋਵੇ, ਪਰਸੈਂਟੇਜ ਠੀਕ ਹੋਵੇ, SOP ਸਟੇਟਮੈਂਟ ਆਫ ਪਰਪਸ ਸਹੀ ਤਰੀਕੇ ਨਾਲ ਲਿਖੀ ਹੋਵੇ, ਇੰਟਰਵਿਊ ਦੇਣ ਲਈ ਤਿਆਰ ਹੋਵੇ, ਸੋ ਅਗਰ ਉਹ ਬੱਚੇ ਨੂੰ ਪੁੱਛਿਆ ਜਾਵੇ ਕਿ ਵਾਈ ਹੈਵ ਯੂ ਚੋਜ਼ਨ ਐਨ ਐਡਵਾਂਸ ਡਿਪਲੋਮਾ ਇਨ ਓਵਰ ਅ ਡਿਗਰੀ, ਤੋ ਹੀ ਸ਼ੁੱਡ ਹੈਵ ਐਨ ਆਨਸਰ ਇਨ ਪਲੇਸ ਕਿ ਮੈਂ ਐਡਵਾਂਸ ਡਿਪਲੋਮਾ ਕਿਉਂ ਲਿਆ, ਡਿਗਰੀ ਕਿਉਂ ਨਹੀਂ ਚੂਜ਼ ਕੀਤੀ, ਸੋ ਇੱਦਾਂ ਦੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਕੰਸਲਟੈਂਟ ਦੀ ਹੈ, ਤਿਆਰੀ ਕਰਵਾਉਣ ਦੀ, ਪ੍ਰਿਪੇਅਰ ਕਰਵਾਉਣ ਦੀ, ਫਾਈਲ ਦੀ ਤਿਆਰੀ ਕਰਵਾਉਣ ਦੀ, ਚੰਗੀ ਤਰ੍ਹਾਂ ਕੇਸ ਪ੍ਰੈਜੈਂਟ ਕੀਤਾ ਜਾਵੇ ਅਤੇ ਐਡਵਾਂਸ ਡਿਪਲੋਮੇ ਦੇ ਵੀਜ਼ੇ ਬਹੁਤ ਵਧੀਆ ਆ ਰਹੇ ਹੈ। ਤੁਸੀਂ ਪਿਰਾਮਿਡ ਦੇ ਦਫ਼ਤਰ ਜਲੰਧਰ, ਲੁਧਿਆਣਾ, ਮੋਗਾ ਅਤੇ ਚੰਡੀਗੜ੍ਹ ਵਿੱਚ ਵਿਜ਼ਿਟ ਕਰੋ, ਉੱਥੇ ਜਾ ਕੇ ਤੁਸੀਂ ਚੈੱਕ ਕਰੋ ਕਿ ਜਿਹੜੇ ਜਿਹੜੇ ਐਡਵਾਂਸ ਡਿਪਲੋਮੇ ਦੇ ਵੀਜ਼ੇਜ਼ ਆਏ ਹੈ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰੋ, ਜਿਹੜੇ ਬੱਚਿਆਂ ਦੇ ਪਿਛਲੇ ਹਫ਼ਤੇ ਵੀਜ਼ੇ ਲੱਗੇ ਉਹ ਹਜੇ ਹਿੰਦੁਸਤਾਨ ਦੇ ਵਿੱਚ ਹੀ ਹੈ, ਤੁਸੀਂ ਉਹਨਾਂ ਨਾਲ ਗੱਲ ਕਰੋ, ਉਹਨਾਂ ਨਾਲ ਪੁੱਛੋ ਕਿ ਤੁਹਾਡਾ ਵੀਜ਼ਾ ਕਿੱਦਾਂ ਆਇਆ, ਕਿੰਨੀ ਦੇਰ 'ਚ ਆਇਆ, ਜੇ ਡਿਗਰੀ ਦਾ ਵੀਜ਼ਾ 1.5 ਮਹੀਨੇ 'ਚ ਆ ਰਿਹਾ ਅਤੇ ਐਡਵਾਂਸ ਡਿਪਲੋਮੇ ਦਾ ਵੀਜ਼ਾ 1.5 ਮਹੀਨੇ 'ਚ ਆ ਰਿਹਾ, ਸੋ ਤੁਸੀਂ ਡੈਫੀਨੇਟਲੀ ਐਡਵਾਂਸ ਡਿਪਲੋਮੇਜ਼ ਵਿੱਚ ਵੀ ਆਪਣੇ ਕੇਸ ਪ੍ਰੋਸੈਸ ਕਰਕੇ ਵੀਜ਼ਾ ਹਾਸਲ ਕਰ ਸਕਦੇ ਹੋ। ਜੀ, ਹੁਣ ਇਹ ਪਤਾ ਕਿ ਐਡਵਾਂਸ ਡਿਪਲੋਮਾ ਅੱਜ ਕੱਲ੍ਹ ਚੱਲ ਰਿਹਾ, ਐਂਟਰਟੇਨ ਹੋ ਰਿਹਾ, SVP ਕੈਟੇਗਰੀ ਦੇ ਅੰਡਰ ਵੀਜ਼ਾ ਆ ਰਹੇ ਨੇ, ਹੁਣ ਬਹੁਤ ਇਹੋ ਜਿਹੇ ਸਟੂਡੈਂਟਸ ਨੇ ਚਾਹਣਗੇ ਕਿ ਅਸੀਂ ਇਕੱਲੇ ਐਡਵਾਂਸ ਡਿਪਲੋਮਾ ਦੇ ਵਿੱਚ ਚਲੇ ਜਾਈਏ, ਡਿਫਰੈਂਸ ਕੀ ਹੈ ਐਡਵਾਂਸ ਡਿਪਲੋਮਾ ਜਾਂ ਐਡਵਾਂਸ ਡਿਪਲੋਮਾ ਟੂ ਡਿਗਰੀ, ਕੀ ਡਿਫਰੈਂਸ ਹੈ, ਕਿਸ ਤਰ੍ਹਾਂ ਦੇ ਕੋਰਸਿਸ ਦੇ ਵਿੱਚ, ਕਿਸ ਤਰ੍ਹਾਂ ਦੇ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਸਕਸੈਸ ਹੋਏ? ਚਵੀ ਜੀ, ਇੱਦਾਂ ਦੇਖੋ, ਜੇ ਤੁਸੀਂ ਡਿਗਰੀ ਕਰਨ ਜਾਂਦੇ ਹੋ ਆਸਟ੍ਰੇਲੀਆ ਦੇ ਵਿੱਚ ਤੇ ਤੁਹਾਨੂੰ 2 ਤੋਂ 4 ਸਾਲ ਦਾ ਵਰਕ ਪਰਮਿਟ ਮਿਲਣਾ ਹੀ ਮਿਲਣਾ, ਸੋ ਡਿਗਰੀ ਜੇ ਤੁਸੀਂ ਕਰਨ ਜਾਂਦੇ ਹੋ ਤੇ ਵਰਕ ਪਰਮਿਟ ਗਰੰਟਿਡ ਹੈ, ਬੱਚਿਆਂ ਨੂੰ ਅਲਟੀਮੇਟਲੀ ਜਾਣਾ ਡਿਗਰੀ 'ਚ ਹੀ ਚਾਹੀਦਾ, ਬਿਕੋਜ਼ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ, ਓਪਨ ਵਰਕ ਪਰਮਿਟ ਮਿਲੇਗਾ, ਆਸਟ੍ਰੇਲੀਆ ਵਿੱਚ ਤੁਸੀਂ ਕਿਤੇ ਵੀ ਜਾ ਸਕਦੇ ਹੋ, ਕੰਮ ਕਰ ਸਕਦੇ ਹੋ, ਪਰ ਕੁਝ ਅਜਿਹੇ ਬੱਚੇ ਹੈ ਜੋ ਆਪਾਂ ਤੁਸੀਂ ਸ਼ੋਅ ਦੀ ਸ਼ੁਰੂਆਤ ਵਿੱਚ ਹੀ ਗੱਲ ਕੀਤੀ ਸੀ ਕਿ ਬੱਚੇ ਜਾਂਦੇ ਆ ਉੱਥੇ ਜਾ ਕੇ ਪੜ੍ਹਾਈ ਚੇਂਜ ਕਰ ਲੈਂਦੇ ਆ, ਕਿਉਂਕਿ ਫੋਰਨ ਲੈਂਡ 'ਤੇ ਜਿੱਥੇ ਨਾ ਸਾਡੀ ਭਾਸ਼ਾ ਬੋਲੀ ਜਾਂਦੀ ਹੈ, ਜਿੱਥੇ ਸਾਡੇ ਜਿਹਨੂੰ ਪੜ੍ਹਾਈ ਦਾ ਤਰੀਕਾ, ਪੜ੍ਹਾਉਣ ਦਾ ਤਰੀਕਾ ਬਿਲਕੁਲ ਵੱਖਰਾ ਹੈ, ਅੱਡ ਹੈ, ਉੱਥੇ ਜਾ ਕੇ ਜਦੋਂ ਡਿਗਰੀ 'ਚ ਬੱਚਾ ਦਾਖਲ ਲੈਂਦਾ ਹੈ, ਉਹ ਦਾਖਲਾ ਲੈਂਦਾ ਹੈ, ਉੱਥੇ ਜਾ ਕੇ ਉਹਦੇ ਲਈ ਮੁਸ਼ਕਿਲ ਹੋ ਜਾਂਦਾ ਸਰਵਾਈਵਲ, ਬੱਚੇ ਫੇਲ ਹੋਣੇ ਸ਼ੁਰੂ ਹੋ ਜਾਂਦੇ ਆ, ਸਪਲੀਆਂ ਆਉਣੀ ਸ਼ੁਰੂ ਹੋ ਜਾਂਦੀਆਂ, ਜਿਹਦੇ ਕਰਕੇ ਬੱਚਿਆਂ ਦੇ ਉੱਪਰ ਭਾਰ ਵੱਧ ਪੈ ਜਾਂਦਾ, ਪੈਸਿਆਂ ਦਾ ਭਾਰ ਪੈਂਦਾ, ਅਲਟੀਮੇਟਲੀ ਪੜ੍ਹਾਈ ਦਾ ਭਾਰ ਪੈਂਦਾ, ਬੋਝ ਪੈਂਦਾ। ਹਿੰਦੁਸਤਾਨ ਵਿੱਚ ਤਾਂ ਬੱਚਾ ਟਿਊਸ਼ਨਾਂ ਰੱਖ ਲੈਂਦਾ,
ਉੱਥੇ ਤਾਂ ਟਿਊਸ਼ਨ ਯੂਨੋ ਤੁਹਾਡੀ ਯੂਨੀਵਰਸਿਟੀ ਨਾਲੋਂ ਵੀ ਜ਼ਿਆਦਾ ਮਹਿੰਗੀ ਹੈ, ਟਿਊਸ਼ਨਾਂ ਵੀ ਨਹੀਂ ਬੱਚਾ ਰੱਖ ਪਾਉਂਦਾ, ਜਿਸ ਕਰਕੇ ਉਹਦੇ ਲਈ ਸਰਵਾਈਵਲ ਮੁਸ਼ਕਿਲ ਹੋ ਜਾਂਦਾ ਹੈ। ਫਿਰ ਉਹਨਾਂ ਲਈ ਐਡਵਾਂਸਡ ਡਿਪਲੋਮਾ ਰੂਟ ਜ਼ਿਆਦਾ ਬਿਹਤਰ ਹੈ, ਐਡਵਾਂਸ ਡਿਪਲੋਮੇ ਦੇ ਵਿੱਚ ਜਾ ਕੇ ਪੜ੍ਹਾਈ ਕਰਨ, 2-3 ਸਾਲ ਪੜ੍ਹਾਈ ਕਰਨ। ਔਰ ਮੈਂ ਜਿਹੜੇ ਐਡਵਾਂਸ ਡਿਪਲੋਮਾਸ ਦੀ ਗੱਲ ਕਰ ਰਿਹਾ, ਉਹਨਾਂ ਐਡਵਾਂਸ ਡਿਪਲੋਮਾਸ ਤੋਂ ਬਾਅਦ ਡਿਗਰੀ ਵੀ ਬੱਚਾ ਕਰ ਸਕਦਾ। ਸੋ ਜਿਹੜੇ ਐਡਵਾਂਸ ਡਿਪਲੋਮਾ ਆਪਾਂ ਤੁਹਾਨੂੰ ਦੇ ਰਹੇ ਹਾਂ, ਦੋ ਆਪਸ਼ਨਸ ਤੁਹਾਨੂੰ ਆਪਾਂ ਉਹਦੇ 'ਚ ਦੇਵਾਂਗੇ। ਜਿਹੜੇ ਐਡਵਾਂਸ ਡਿਪਲੋਮੇ ਲੌਂਗ ਟਰਮ ਸਕਿੱਲਡ ਓਕੂਪੇਸ਼ਨ ਲਿਸਟ ਵਿੱਚ ਹੈ, ਉਹਨਾਂ ਐਡਵਾਂਸ ਡਿਪਲੋਮਾਸ ਤੋਂ ਬਾਅਦ ਤੁਹਾਨੂੰ 18 ਮਹੀਨੇ ਦਾ ਪੋਸਟ ਸਟੱਡੀ ਵਰਕ ਮਿਲੇਗਾ ਅੰਡਰ ਸਬ ਕਲਾਸ 485 ਟੈਂਪਰਰੀ ਗ੍ਰੈਜੂਏਟ ਵਰਕ ਸਟਰੀਮ। ਸਬ ਕਲਾਸ 485 ਅੰਦਰ ਤੁਹਾਨੂੰ 18 ਮਹੀਨੇ ਦਾ ਵਰਕ ਪਰਮਿਟ ਮਿਲੇਗਾ ਹੀ ਮਿਲੇਗਾ, ਜਿਵੇਂ ਕਿ ਸ਼ੈਫ ਦੇ ਕੋਰਸਿਸ ਹੋ ਗਏ, ਨਰਸਿੰਗ ਦੇ ਹੋ ਗਏ, ਡੈਂਟਿਸਟ ਦੇ ਹੋ ਗਏ, ਇੱਦਾਂ ਦੇ ਟ੍ਰੇਡ ਦੇ ਪ੍ਰੋਗਰਾਮ ਹੋ ਗਏ, ਇੱਦਾਂ ਦੇ ਪ੍ਰੋਗਰਾਮਸ ਤੋਂ ਬਾਅਦ ਐਡਵਾਂਸ ਡਿਪਲੋਮਾਸ ਤੋਂ ਬਾਅਦ ਤੁਹਾਨੂੰ 18 ਮਹੀਨੇ ਦਾ ਵਰਕ ਪਰਮਿਟ ਮਿਲੇਗਾ। ਨਹੀਂ ਤਾਂ ਤੁਸੀਂ ਡਾਇਰੈਕਟਲੀ ਥਰਡ ਈਅਰ ਵਿੱਚ ਦਾਖਲਾ ਲੈ ਸਕਦੇ ਹੋ ਉਸ ਐਡਵਾਂਸ ਡਿਪਲੋਮਾ ਕਰਨ ਤੋਂ ਬਾਅਦ। ਉਸ ਕਾਲਜਿਸ ਦੇ ਯੂਨੀਵਰਸਿਟੀਜ਼ ਦੇ ਨਾਲ ਆਰਟੀਕੂਲੇਸ਼ਨ ਐਗਰੀਮੈਂਟ ਹੋਣੇ ਹੀ ਚਾਹੀਦੇ ਹੈ, ਤਾਂ ਹੀ ਤੁਹਾਨੂੰ ਅੱਗੇ ਦਾਖਲਾ ਮਿਲੇਗਾ, ਨਹੀਂ ਤਾਂ ਫਸਟ ਈਅਰ ਤੋਂ ਡਿਗਰੀ ਦਾ ਸ਼ੁਰੂਆਤ ਕਰਨੀ ਪਏਗੀ। ਸੋ ਪਿਰਾਮਿਡ ਈ ਸਰਵਿਸਿਜ਼ ਜਿਹੜੀ ਵੀ ਐਡਵਾਂਸ ਡਿਪਲੋਮਾ ਪ੍ਰਮੋਟ ਕਰ ਰਿਹਾ ਹੈ, ਉਹਨਾਂ ਦੇ ਜਾਂ ਤਾਂ 18-18 ਮਹੀਨੇ ਦੇ ਵਰਕ ਪਰਮਿਟ ਅਵੇਲੇਬਲ ਹੈ, ਜਾਂ ਉਹਨਾਂ ਕਾਲਜਿਸ ਦਾ ਯੂਨੀਵਰਸਿਟੀਜ਼ ਦੇ ਨਾਲ ਪਾਥਵੇ ਐਗਰੀਮੈਂਟ ਸਾਈਨ ਹੋਇਆ ਹੋਇਆ, ਜਿਸ ਤੋਂ ਬਾਅਦ ਬੱਚਾ ਅੱਗੇ ਜਾ ਕੇ 3 ਸਾਲ ਬਾਅਦ ਡਿਗਰੀ ਕਰਕੇ ਵਰਕ ਪਰਮਿਟ ਹਾਸਲ ਕਰ ਸਕਦਾ। ਜੀ ਬਿਲਕੁਲ ਦਰਸ਼ਕੋ, ਸੋ ਇਸ ਐਡਵਾਂਸ ਡਿਪਲੋਮੇ ਨੂੰ ਸਮਝਣ ਦੀ ਕਾਫੀ ਜ਼ਿਆਦਾ ਜ਼ਰੂਰਤ ਹੈ। ਇਹ ਨਹੀਂ ਕਿ ਤੁਹਾਡਾ ਕ੍ਰਾਈਟੀਰੀਆ ਕੁਝ ਹੋਰ ਹੈ, ਇੱਥੇ ਰੈਲੀਵੈਂਸੀ ਕੁਝ ਹੋਰ ਹੈ ਅਤੇ ਤੁਸੀਂ ਉੱਥੇ ਕਰਨ ਕੁਝ ਹੋਰ ਜਾ ਰਹੇ ਹੋ। ਮੈਂ ਰੈਲੀਵੈਂਸੀ ਦੀ ਜ਼ਰੂਰ ਗੱਲ ਕਰਨਾ ਚਾਹੂੰਗੀ। ਹੁਣ ਐਡਵਾਂਸ ਡਿਪਲੋਮਾ ਜ਼ਰੂਰ ਕਾਫੀ ਅੱਛੇ ਤਰੀਕੇ ਨਾਲ ਪਰਫੋਰਮ ਕਰ ਰਹੇ ਨੇ ਸਟੂਡੈਂਟਸ ਦੇ ਵਿੱਚ, ਲੇਕਿਨ ਬੇਦੀ ਜੀ ਇੱਥੇ ਹੀ ਰੈਲੀਵੈਂਸੀ ਦੀ ਜੇ ਅਸੀਂ ਗੱਲ ਕਰੀਏ, ਉਹ ਹੁਣ ਕਿੰਨਾ ਕੁ ਮੈਟਰ ਕਰਦੀ ਹੈ? ਬਿਲਕੁਲ ਕਰਦੀ ਹੈ, ਬਿਲਕੁਲ ਕਰਦੀ ਹੈ। ਹੁਣ ਆਸਟ੍ਰੇਲੀਆ ਵਿੱਚ ਹੁਣ ਉਹ ਗੱਲਾਂ ਸ਼ਵੀ ਜੀ ਨਹੀਂ ਰਹੀਆਂ ਕਿ ਆਰਟਸ ਕਰਕੇ ਤੁਸੀਂ ਬਿਜ਼ਨਸ ਕੋਰਸ ਕਰ ਲਓ, ਆਰਟਸ ਕਰਕੇ ਤੁਸੀਂ ਆਈਟੀ ਦਾ ਕੋਰਸ ਕਰ ਲਓ। ਐਮਬੈਸੀ ਸਭ ਤੋਂ ਪਹਿਲੀ ਗੱਲ ਪੁੱਛਦੀ ਹੈ ਦੈਟ ਵਾਈ ਹੈਵ ਯੂ ਚੋਜ਼ਨ ਦਿਸ ਕੋਰਸ, ਵਟ ਇਜ਼ ਦ ਰੀਜ਼ਨ ਬਿਹਾਈਂਡ ਚੂਜ਼ਿੰਗ ਦਿਸ ਕੋਰਸ, ਵਟ ਡੂ ਯੂ ਨੋ ਅਬਾਊਟ ਦਾ ਕਰਿਕੁਲਮ, ਵਟ ਡੂ ਯੂ ਨੋ ਅਬਾਊਟ ਦਾ ਪ੍ਰੋਗਰਾਮ, ਟੈਲ ਮੀ ਅਬਾਊਟ ਦਾ ਸਬਜੈਕਟ ਯੂ ਆਰ ਗੋਇੰਗ ਟੂ ਸਟੱਡੀ ਇਨ ਦਾ ਯੂਨੀਵਰਸਿਟੀ ਔਰ ਦਾ ਕਾਲਜ। ਉਸ ਰੀਜ਼ਨ ਕਰਕੇ ਬੱਚੇ ਨੇ ਵੀਜ਼ੇ ਰਿਫਿਊਜ਼ ਹੋ ਜਾਂਦੇ ਆ। ਸੋ ਰੈਲੀਵੈਂਸੀ ਮੈਚ ਕਰੋ। ਪਿਰਾਮਿਡ ਦੇ ਵੀਜ਼ਾ ਕਾਉਂਸਲਰਸ, ਸਪੈਸ਼ਲਾਈਜ਼ਡ ਸਟੂਡੈਂਟ ਵੀਜ਼ਾ ਕਾਉਂਸਲਰਸ ਜਿਹੜੇ ਹੈ ਉਹ ਟ੍ਰੇਨਡ ਹੈ, ਉਹ ਨੌਲੇਜੇਬਲ ਹੈ। ਯੂਨੀਵਰਸਿਟੀਜ਼ ਦੇ ਕੋਆਰਡੀਨੇਟਰਸ ਆਉਂਦੇ ਆ, ਯੂਨੀਵਰਸਿਟੀਜ਼ ਦੇ ਯੂਨੋ ਐਡਮਿਸ਼ਨਸ ਵਾਲੇ ਆਉਂਦੇ ਆ ਕੇ ਸਾਡੇ ਕਾਉਂਸਲਰਸ ਨੂੰ ਟ੍ਰੇਨਿੰਗ ਦੇ ਕੇ ਜਾਂਦੇ ਆ ਕਿ ਕਿਹੜੀ ਪੜ੍ਹਾਈ ਹਿੰਦੁਸਤਾਨ ਦੀ ਜਿਹੜੀ ਤੁਸੀਂ ਕਰ ਚੁੱਕੇ ਹੋ, ਉਸ ਤੋਂ ਬਾਅਦ ਕਿਹੜੇ ਕਿਹੜੇ ਪ੍ਰੋਗਰਾਮ ਜਾਂ ਕਿਹੜੀ ਪੜ੍ਹਾਈ ਤੁਸੀਂ ਫੋਰਨ ਯੂਨੀਵਰਸਿਟੀਜ਼ ਵਿੱਚ ਕਰਨ ਜਾ ਸਕਦੇ ਹੋ। ਸੋ ਸਾਡੇ ਕਾਉਂਸਲਰਸ ਨੂੰ ਨੌਲੇਜ ਹੈ ਕਿ ਆਰਟਸ ਤੋਂ ਬਾਅਦ ਕਿਹੜੇ ਪ੍ਰੋਗਰਾਮ ਦੇਣੇ ਚਾਹੀਦੇ ਹੈ, ਕਮਰਸ ਤੋਂ ਬਾਅਦ ਕਿਹੜੇ ਪ੍ਰੋਗਰਾਮ ਦੇਣੇ ਚਾਹੀਦੇ ਹੈ। ਜੇ ਤੁਸੀਂ ਆਸਟ੍ਰੇਲੀਆ ਸਟੂਡੈਂਟ ਵੀਜ਼ੇ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ ਪਿਰਾਮਿਡ ਰਾਹੀਂ, ਤਾਂ ਬੈਨੀਫਿਟ ਨੰਬਰ 1 ਤੁਹਾਨੂੰ ਇਹ ਮਿਲੇਗਾ ਕਿ ਯੂਨੋ SCVP ਇੰਸਟੀਟਿਊਸ਼ਨ ਆਪਾਂ ਤੁਹਾਨੂੰ ਲੈ ਕੇ ਦੇਵਾਂਗੇ, ਜਿਹੜਾ ਗਵਰਨਮੈਂਟ ਰੈਕੋਗਨਾਈਜ਼ਡ ਹੈ, ਜਿਹੜੇ ਗਵਰਨਮੈਂਟ ਐਮਬੈਸੀ ਜਿਨ੍ਹਾਂ ਦੇ ਵੀਜ਼ੇਜ਼ ਆ ਰਹੇ ਹੈ। ਨੰਬਰ 2 ਖਰਚਾ ਘੱਟ ਰਹੇਗਾ, ਸੋ ਕੋਈ ਅਨਨੈਸੈਸਰੀ ਦੀ ਫੀਸਾਂ ਜਾਂ ਬਰਡਨ ਤੁਹਾਡੇ ਅਤੇ ਤੁਹਾਡੇ ਮਾਂ ਪਿਓ ਉੱਪਰ ਨਹੀਂ ਰਹੇਗਾ। ਨੰਬਰ 3 ਉਹਨਾਂ ਦੇ ਪਾਥਵੇ ਪ੍ਰੋਗਰਾਮ ਜਾਂ ਵਰਕ ਵ ਪਰਮਿਟਸ ਵੀ ਅਵੇਲੇਬਲ ਰਹਿਣਗੇ, ਜਿਸ ਕਰਕੇ ਬੱਚੇ ਦਾ ਫਿਊਚਰ ਉੱਥੇ ਸੇਫ ਰਹੇਗਾ। ਆਸਟ੍ਰੇਲੀਆ ਵਿੱਚ ਜੇ ਪੜ੍ਹਨ ਗਏ ਤਾਂ ਮੈਂ ਤੁਹਾਡੇ ਨਾਲ ਇਹ ਵਾਅਦਾ ਕਰਦਾ ਕਿ ਪੜ੍ਹਾਈ ਖਤਮ ਕਰਨ ਤੋਂ ਬਾਅਦ ਵਾਪਸ ਨਹੀਂ ਆਉਣਾ ਪਊਗਾ, ਉੱਥੇ ਸੈਟਲਮੈਂਟ ਦੇ ਆਪਸ਼ਨ ਤੁਹਾਨੂੰ ਜ਼ਰੂਰ ਮਿਲਣਗੇ ਜੇ ਪਿਰਾਮਿਡ ਈ ਸਰਵਿਸਿਜ਼ ਰਾਹੀਂ ਤੁਸੀਂ ਅਪਲਾਈ ਕਰਦੇ ਹੋ ਤਾਂ। ਜੀ ਇੱਥੇ SP ਕੈਟੇਗਰੀ ਦੀ ਇੱਕ ਗੱਲ ਜ਼ਰੂਰ ਮੈਂ ਪੁੱਛਣਾ ਚਾਹੂੰਗੀ ਬੇਦੀ ਜੀ, ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸ ਦੇ ਵਿੱਚ ਇੱਕ ਬਹੁਤ ਜਿਹੜੀ ਖਾਸ ਚੀਜ਼ ਇਹ ਮੈਂਸ਼ਨ ਹੁੰਦੀ ਕਿ ਜਿਹੜਾ ਵੀ ਸਟੂਡੈਂਟ SPP ਕੈਟੇਗਰੀ ਦੇ ਅੰਡਰ ਆਸਟ੍ਰੇਲੀਆ ਜਾਂਦਾ ਉੱਥੇ ਉਹ PR
ਨਹੀਂ ਹੋ ਸਕਦਾ। ਸੋ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਸਟੂਡੈਂਟਸ ਵਾਸਤੇ ਡਿਸਐਡਵਾਂਟੇਜ ਆਉਂਦੀਆਂ ਨੇ? ਹੂ ਟੋਲਡ ਯੂ ਦੈਟ ਛਵੀ ਜੀ? ਦੈਟ ਇਜ਼ ਐਬਸੋਲੂਟਲੀ ਰੋਂਗ ਜੀ, ਇਹਦਾ ਦੀ ਕੋਈ ਗੱਲ ਨਹੀਂ ਹੈ। ਐਸਵੀਪੀ ਇੱਕ ਵੀਜ਼ਾ ਪ੍ਰਣਾਲੀ ਹੈ। ਐਸਵੀਪੀ ਦਾ ਆਸਟ੍ਰੇਲੀਆ ਵਿੱਚ ਜਾ ਕੇ ਕੋਈ ਲੈਣਾ ਦੇਣਾ ਨਹੀਂ ਹੈ। ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ, ਡਾਕੂਮੈਂਟਸ ਨੂੰ ਚੈੱਕ ਕਰਨ ਲਈ, ਐਪਲੀਕੇਸ਼ਨ ਨੂੰ ਪ੍ਰੋਸੈਸ ਕਰਨ ਲਈ ਇੱਕ ਵੀਜ਼ਾ ਪ੍ਰਣਾਲੀ ਖੋਲ੍ਹੀ ਗਈ ਹੈ, ਜਿੱਦਾਂ ਕੈਨੇਡਾ ਵਿੱਚ ਐਸਪੀਪੀ ਹੈ, ਨਿਊਜ਼ੀਲੈਂਡ ਵਿੱਚ ਐਫਟੀਐਸ ਹੈ। ਸੋ ਇਹ ਇੱਕ ਵੀਜ਼ਾ ਪ੍ਰਣਾਲੀ ਹੈ, ਉੱਥੇ ਜਾ ਕੇ ਵਰਕ ਪਰਮਿਟ ਨਾਲ, ਪੀਆਰ ਦੇ ਨਾਲ, ਐਸਵੀਪੀ ਦਾ ਕੋਈ ਵੀ ਲੈਣਾ ਦੇਣਾ ਨਹੀਂ ਹੈ। ਐਸਵੀਪੀ ਦਾ ਮਤਲਬ ਹੈ ਕਿ ਜਿਨ੍ਹਾਂ ਕਾਲਜਿਸ ਦੀ ਰਿਸਕ ਰੇਟਿੰਗ ਘੱਟ ਹੈ, ਜਿਨ੍ਹਾਂ ਕਾਲਜਿਸ ਨੇ ਬੱਚਿਆਂ ਦੇ ਨਾਲ ਫਰੋਡ ਨਹੀਂ ਕੀਤਾ, ਜਿਨ੍ਹਾਂ ਕਾਲਜਿਸ ਨੇ ਆਸਟ੍ਰੇਲੀਆ ਦੀ ਇਮੀਗ੍ਰੇਸ਼ਨ ਨਾਲ, ਆਸਟ੍ਰੇਲੀਆ ਦੀ ਗਵਰਨਮੈਂਟ ਨਾਲ ਫਰੋਡ ਨਹੀਂ ਕੀਤਾ, ਉਹਨਾਂ ਨੂੰ ਥੋੜ੍ਹਾ ਜਿਹਾ ਬੈਨੀਫਿਟ ਦਿੱਤਾ ਗਿਆ ਕਿ ਯਾਰ ਤੁਸੀਂ ਚੰਗੇ ਕਾਲਜ ਹੋ, ਤੁਸੀਂ ਅਗਰ ਬੱਚੇ ਲੈ ਕੇ ਆਉਣਾ ਚਾਹੁੰਦੇ ਹੋ ਤੇ ਤੁਹਾਨੂੰ ਆਪਾਂ ਇਹ ਬੈਨੀਫਿਟ ਦਵਾਂਗੇ ਕਿ ਤੁਹਾਡੇ ਬੱਚਿਆਂ ਨੂੰ ਫਾਈਨੈਂਸ਼ੀਅਲਸ ਦਿਖਾਉਣ ਦੀ ਲੋੜ ਨਹੀਂ, ਤੁਸੀਂ ਆਪ ਚੈੱਕ ਕਰ ਲਓ, ਇੱਕ ਪ੍ਰਿਵਿਲੇਜ ਹੋ ਗਿਆ ਸਟੂਡੈਂਟ। ਹਾਂ, ਤੁਸੀਂ ਆਪ ਚੈੱਕ ਕਰ ਲਓ, ਜੇ ਤੁਸੀਂ ਆਪ ਸੈਟੀਸਫਾਈਡ ਹੋ ਤਾਂ ਆਪਾਂ ਸੈਟੀਸਫਾਈਡ ਹੈ ਕਿਉਂਕਿ ਤੁਹਾਡੀ ਰਿਸਕ ਰੇਟਿੰਗ ਘੱਟ ਹੈ। ਪਰ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਦਾ ਵਰਕ ਪਰਮਿਟ ਦੇ ਨਾਲ, ਪੀ ਆਰ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ, ਸਿਰਫ ਵੀਜ਼ੇਜ਼ ਦੇ ਉੱਪਰ ਇਹ ਚੀਜ਼ ਡਿਪੈਂਡ ਕਰਦੀ ਹੈ ਜੀ। ਬਿਲਕੁਲ ਦਰਸ਼ਕੋ, ਜੇ ਪਿਰਾਮਿਡ ਈ ਸਰਵਿਸਿਜ਼ ਤੋਂ ਤੁਸੀਂ ਕੁਛ ਵੀ ਪੁੱਛਣਾ ਚਾਹੁੰਦੇ ਹੋ, ਕੋਈ ਵੀ ਕੰਸਲਟੈਂਸੀ ਲੈਣਾ ਚਾਹੁੰਦੇ ਹੋ, ਉਸਦੇ ਲਈ ਤੁਸੀਂ ਇਹਨਾਂ ਦੇ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਵੱਖ ਵੱਖ ਸ਼ਹਿਰਾਂ ਦੇ ਵਿੱਚ ਇਹਨਾਂ ਦਾ ਆਫਿਸ ਹੈ, ਐਡਰੈਸ ਅਤੇ ਫੋਨ ਨੰਬਰ ਲਗਾਤਾਰ ਫਲੈਸ਼ ਹੋ ਰਹੇ ਨੇ ਸਾਡੇ ਟੀ ਵੀ ਸਕਰੀਨ 'ਤੇ। ਤੁਸੀਂ ਸ਼ੋਅ ਦੇ ਦੌਰਾਨ ਜਾਂ ਸ਼ੋਅ ਤੋਂ ਬਾਅਦ ਵੀ ਕਾਲ ਕਰਕੇ ਇਹਨਾਂ ਦੇ ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ। ਆਪਣੇ ਅਕੈਡਮਿਕਸ ਜ਼ਰੂਰ ਨਾਲ ਲੈ ਕੇ ਜਾਓ, ਆਪਣੇ ਪ੍ਰੋਫਾਈਲ ਨੂੰ ਅਸੈਸ ਕਰਵਾਓ, ਸੇ ਤੁਸੀਂ ਉਸ ਤੋਂ ਬਾਅਦ ਦੇਖ ਸਕਦੇ ਹੋ ਕਿ ਕਿਹੜੀ ਕੰਟਰੀ ਵਾਸਤੇ ਤੁਹਾਡਾ ਐਲੀਜੀਬਿਲਟੀ ਕ੍ਰਾਈਟੀਰੀਆ ਬਣਦਾ। ਪਿਰਾਮਿਡ ਈ ਸਰਵਿਸਿਜ਼ ਕੈਨੇਡਾ, US, ਸਿੰਗਾਪੁਰ, ਸਾਈਪ੍ਰਸ, ਆਸਟ੍ਰੇਲੀਆ, ਨਿਊਜ਼ੀਲੈਂਡ, ਸਾਰੀ ਕੰਟਰੀਜ਼ ਦੇ ਵਿੱਚ ਡੀਲ ਕਰਦਾ। ਸੋ ਜਿੱਥੇ ਵੀ ਤੁਹਾਡਾ ਐਲੀਜੀਬਿਲਟੀ ਕ੍ਰਾਈਟੀਰੀਆ ਬਣਦਾ, ਉੱਥੇ ਹੀ ਜਾਣ ਦੀ ਸਲਾਹ ਜਿਹੜੀ ਤੁਹਾਨੂੰ ਦਿੱਤੀ ਜਾਏਗੀ। ਸੋ ਅਸੀਂ ਹੁਣ ਗੱਲ ਕਰਦੇ ਹਾਂ ਸਪਾਊਸ ਦੀ, ਕਿਉਂਕਿ ਆਸਟ੍ਰੇਲੀਆ ਦੀ ਜਦੋਂ ਗੱਲ ਆ ਜਾਂਦੀ ਹੈ ਤਾਂ ਸਪਾਊਸ ਸਭ ਤੋਂ ਪਹਿਲਾਂ ਮੈਟਰ ਕਰਦਾ ਹੈ, ਕਿਉਂਕਿ ਸਪਾਊਸ ਹੈ ਕੈਨੇਡਾ, US ਨਹੀਂ ਜਾ ਸਕਦਾ, ਜਾਂ ਨਿਊਜ਼ੀਲੈਂਡ ਕੁਝ ਲੈਵਲਸ 'ਤੇ ਸਪਾਊਸ ਨਾਲ ਜਾ ਸਕਦਾ, ਲੇਕਿਨ ਆਸਟ੍ਰੇਲੀਆ ਇਜ਼ ਦ ਨੇਸ਼ਨ ਜਿਹੜੇ ਸਪਾਊਸ ਨੂੰ ਬੜੇ ਖੁੱਲ੍ਹੇ ਦਿਲ ਨਾਲ ਐਂਟਰਟੇਨ ਕਰਦਾ। ਸੋ ਹੁਣ ਇਹ ਵੀ ਗਲਤ ਹੈ ਜੀ, ਕਿਉਂਕਿ ਹੁਣ ਆਸਟ੍ਰੇਲੀਆ ਉਹ ਕੰਟਰੀ ਨਹੀਂ ਹੈ ਜਿਹੜੇ ਸਪਾਊਸ ਨੂੰ ਖੁੱਲ੍ਹੇ ਦਿਲ ਨਾਲ ਬਾਹਾਂ ਖੋਲ੍ਹ ਕੇ ਵੈਲਕਮ ਕਰ ਰਿਹਾ ਹੈ। ਹੁਣ ਆਸਟ੍ਰੇਲੀਆ ਸਪਾਊਸਿਸ ਲਈ ਸਟ੍ਰਿਕਟ ਹੋ ਚੁੱਕਾ ਹੈ, 12ਵੀਂ ਤੋਂ ਬਾਅਦ ਸਪਾਊਸ ਵੀਜ਼ਾ ਆਲਮੋਸਟ ਖਤਮ ਹੋ ਚੁੱਕਾ ਹੈ, ਗ੍ਰੈਜੂਏਸ਼ਨ ਤੋਂ ਬਾਅਦ ਸਪਾਊਸ ਵੀਜ਼ਾ ਅਵੇਲੇਬਲ ਹੈ, ਪਰ ਵਿਆਹ ਜਿਹੜਾ ਹੈ, ਮੈਰਿਜ ਜਿਹੜੀ ਹੈ, ਘੱਟੋ ਘੱਟ ਸਾਲ ਪੁਰਾਣੀ ਹੋਣੀ ਚਾਹੀਦੀ ਹੈ। ਸੋ ਜਿਹੜੇ ਅਰੇਂਜਮੈਂਟ ਕਰਦੇ ਸੀ ਕਿ ਵਿਆਹ ਕਰਾਇਆ ਜੀ, ਕੁੜੀ ਲੱਭ ਲਈ, ਅਖਬਾਰਾਂ ਚੱਕੀਆਂ, ਅਖਬਾਰਾਂ ਵਿੱਚ 6 ਬੈਂਡ ਵਾਲੀ ਐਡ ਵਾਲੀ ਕੁੜੀ ਨਾਲ ਵਿਆਹ ਕਰਾ ਲਿਆ, 7 ਬੈਂਡ ਵਾਲੀ ਐਡ ਵਾਲੀ ਕੁੜੀ ਨਾਲ ਵਿਆਹ ਕਰਾ ਲਿਆ, ਹੁਣ ਉਹੋ ਜਿਹੀ ਗੱਲਾਂ ਨਹੀਂ ਰਹੀਆਂ, ਕਿਉਂਕਿ ਜ਼ਿਆਦਾਤਰ ਯੂਨੀਵਰਸਿਟੀਜ਼ ਮੈਰਿਜਿਸ ਨੂੰ 1 ਸਾਲ ਪੁਰਾਣਾ ਮੰਗ ਰਹੀਆਂ ਹੈ। ਸੋ ਇਸ ਕਰਕੇ ਜੈਨੂਅਨ ਮੈਰਿਜ ਕੇਸਿਸ ਹੀ ਉੱਥੇ ਅਪਲਾਈ ਕਰਨ, ਔਰ ਜੈਨੂਅਨ ਮੈਰਿਜ ਕੇਸਿਸ ਹੀ ਉੱਥੇ ਥਰੂ ਹੋਣਗੇ। ਹਾਂ, ਗ੍ਰੈਜੂਏਸ਼ਨ ਤੁਸੀਂ ਕਰ ਚੁੱਕੇ ਹੋ, ਵਿਆਹ 1 ਸਾਲ ਪੁਰਾਣਾ ਹੈ, ਬੈਂਕ ਸਕੋਰ ਚਾਹੇ 5.5 ਹੀ ਕਿਉਂ ਨਹੀਂ ਹੈਗੇ, ਤੁਸੀਂ ਸਪਾਊਸ ਵੀਜ਼ਾ ਲਗਾ ਸਕਦੇ ਹੋ। ਆਸਟ੍ਰੇਲੀਆ ਲਈ ਪਿਰਾਮਿਡ ਈ ਸਰਵਿਸਿਜ਼ ਇਨਵਾਈਟ ਕਰ ਰਹੀ ਹੈ ਐਪਲੀਕੇਸ਼ਨਸ ਸਪਾਊਸ ਵੀਜ਼ੇ ਲਈ ਆਸਟ੍ਰੇਲੀਆ ਲਈ, ਜਿਨ੍ਹਾਂ ਦੀ ਮੈਰਿਜ 1 ਸਾਲ ਪੁਰਾਣੀ ਹੋ ਚੁੱਕੀ ਹੈ, ਜਿਹੜੇ ਗ੍ਰੈਜੂਏਸ਼ਨ ਕਰ ਚੁੱਕੇ ਹੈ, 2014-15 ਪਾਸ ਆਊਟ ਹੈ, ਨੰਬਰ ਘੱਟ ਤੋਂ ਘੱਟ 55% ਤੋਂ ਉੱਪਰ ਗ੍ਰੈਜੂਏਸ਼ਨ ਦੇ ਵਿੱਚ ਹੈ, ਬੈਂਡ ਘੱਟ ਤੋਂ ਘੱਟ 5.5 ਬੈਂਡ ਹੈ, ਜੇ ਤੁਹਾਡਾ ਗੈਪ ਹੈ ਔਰ ਐਕਸਪੀਰੀਅੰਸ ਜੈਨੂਇਨ ਹੈ, ਸੋ ਜੈਨੂਇਨ ਤੋਂ ਮਤਲਬ ਇਹ ਹੈ ਕਿ ਸੈਲਰੀ ਅਕਾਊਂਟ ਵਿੱਚ ਆਉਂਦੀ ਹੋਵੇ, ਤੁਸੀਂ ਇਨਕਮ ਟੈਕਸ ਦੀ ਰਿਟਰਨਸ ਭਰਦੇ ਹੋ, ਤਾਂ ਵੀ ਸਪਾਊਸ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਅਗੇਨ, ਮੈਰਿਜ ਮੈਂ ਐਮਫਸਾਈਜ਼ ਕਰ ਰਿਹਾ, ਜੈਨੂਇਨ ਹੋਣੀ ਚਾਹੀਦੀ ਹੈ। ਅਰੇਂਜਮੈਂਟ ਮੈਰਿਜਿਸ ਬਿਲਕੁਲ ਹੁਣ ਆਸਟ੍ਰੇਲੀਆ ਦੇ ਵਿੱਚ ਨਹੀਂ ਚੱਲਣਗੀਆਂ, ਸਿੰਗਲ ਕੇਸਿਸ ਵੀ
ਮਾਸਟਰਸ ਡਿਗਰੀ 'ਤੇ ਅਪਲਾਈ ਕਰ ਸਕਦੇ ਆ, 5.5 ਬੈਂਡ 'ਤੇ 2014-15 ਪਾਸ ਆਊਟ, ਤੁਸੀਂ MBA ਕਰਨ ਜਾ ਸਕਦੇ ਹੋ, ਮਾਸਟਰਸ ਇਨ ਪ੍ਰੋਫੈਸ਼ਨਲ ਅਕਾਊਂਟੈਂਸੀ ਕਰਨ ਜਾ ਸਕਦੇ ਹੋ, ਮਾਸਟਰਸ ਇਨ IT ਕਰਨ ਜਾ ਸਕਦੇ ਹੋ, ਕੋਈ ਵੀ ਫੀਲਡ ਤੁਸੀਂ ਅਗਰ ਆਸਟ੍ਰੇਲੀਆ ਵਿੱਚ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ, ਯੂਨੋ ਫੈਬਰਰੀ ਅਗਲਾ ਮੇਨ ਸੈਸ਼ਨ ਹੈ LE ਕੋਰਸ ਦੇ ਨਾਲ, ਤੁਸੀਂ ਦਸੰਬਰ ਦੇ ਮਹੀਨੇ ਵਿੱਚ ਵੀ ਅਪਲਾਈ ਕਰ ਸਕਦੇ ਹੋ, ਫੈਬਰਰੀ ਤੋਂ ਬਾਅਦ ਜੁਲਾਈ ਅਗਲਾ ਮੇਨ ਸੈਸ਼ਨ ਹੈ, ਸੋ ਇਹਨਾਂ ਦੀ ਰਿਕਰੂਟਮੈਂਟ ਸ਼ੁਰੂ ਹੋ ਚੁੱਕੀਆਂ, ਚਾਹੇ ਤੁਸੀਂ ਐਡਵਾਂਸ ਡਿਪਲੋਮੇ ਲਈ ਅਪਲਾਈ ਕਰਨਾ, ਡਿਪਲੋਮਾ ਲੀਡਿੰਗ ਟੂ ਡਿਗਰੀ ਲਈ ਅਪਲਾਈ ਕਰਨਾ ਹੈ, ਮਾਸਟਰਸ ਡਿਗਰੀ ਲਈ ਅਪਲਾਈ ਕਰਨਾ ਹੈ, ਸਪਾਊਸ ਕੇਸ ਲਈ ਅਪਲਾਈ ਕਰਨਾ ਹੈ, ਆਸਟ੍ਰੇਲੀਆ ਸਟੂਡੈਂਟ ਵੀਜ਼ਾ ਅੰਡਰ ਸਟ੍ਰੀਮਲਾਈਨ ਵੀਜ਼ਾ ਪ੍ਰੋਸੈਸਿੰਗ ਪਿਰਾਮਿਡ ਈ ਸਰਵਿਸਿਜ਼ ਹੁਣ ਕਰ ਰਿਹਾ ਹੈ, ਯੂਨੀਵਰਸਿਟੀਜ਼ ਦਾ ਬਹੁਤ ਵੱਡਾ ਨੈਟਵਰਕ ਪਿਰਾਮਿਡ ਦੇ ਨਾਲ ਜੁੜਿਆ ਹੋਇਆ, ਆਸਟ੍ਰੇਲੀਅਨ ਕਾਲਜਿਸ, ਟੇਫ ਕਾਲਜਿਸ, ਪ੍ਰਾਈਵੇਟ ਕਾਲਜਿਸ ਔਰ ਯੂਨੀਵਰਸਿਟੀਜ਼ ਦਾ ਪਿਰਾਮਿਡ ਰਾਹੀਂ ਤੁਸੀਂ ਅਪਲਾਈ ਕਰਕੇ ਇਸ ਚੀਜ਼ ਦਾ ਮੈਂ ਤੁਹਾਨੂੰ ਵਾਅਦਾ ਕਰਦਾ ਕਿ ਕੋਈ ਧੋਖਾ ਨਹੀਂ ਮਿਲੇਗਾ, ਜੋ ਖਰਚਾ ਹੋਏਗਾ ਤੁਹਾਨੂੰ ਬੜੀ ਟ੍ਰਾਂਸਪੇਰੈਂਟਲੀ ਦੱਸਿਆ ਜਾਏਗਾ, ਪੈਸੇ ਤੁਹਾਡੇ ਤੁਹਾਡੇ ਟ੍ਰਾਂਸਫਰ ਹੋਣਗੇ ਕਾਲਜਿਸ ਨੂੰ, ਯੂਨੀਵਰਸਿਟੀਜ਼ ਨੂੰ, ਪਿਰਾਮਿਡ ਹੈਲਪ ਕਰੇਗਾ ਤੁਹਾਡੀ ਸਹੀ ਐਡਮਿਸ਼ਨ ਕਰਵਾਉਣ ਵਿੱਚ, ਪਿਰਾਮਿਡ ਹੈਲਪ ਕਰੇਗਾ ਤੁਹਾਨੂੰ ਸਹੀ ਯੂਨੀਵਰਸਿਟੀ ਚੂਜ਼ ਕਰਵਾਉਣ ਦੇ ਵਿੱਚ, ਪਿਰਾਮਿਡ ਈ ਸਰਵਿਸਿਜ਼ ਤੁਹਾਡੀ ਹੈਲਪ ਕਰੇਗਾ ਇਹ ਪੂਰੇ ਦੇ ਪੂਰੇ ਪ੍ਰੋਸੈਸ ਨੂੰ ਸਮੂਥਲੀ ਟ੍ਰਾਂਜੀਸ਼ਨ ਹੋਣ ਦੇ ਵਿੱਚ, ਸੋ ਪਿਰਾਮਿਡ ਦਾ ਜਲੰਧਰ, ਲੁਧਿਆਣਾ, ਮੋਗਾ ਅਤੇ ਚੰਡੀਗੜ੍ਹ ਆਫਿਸ ਹੈ, ਫ੍ਰੀ ਵੀਜ਼ਾ ਹੈਲਪਲਾਈਨ ਆਪਾਂ ਸ਼ੁਰੂ ਕੀਤੀ ਹੈ 92563 92563, 9256392563, ਸਵੇਰੇ 8 ਵਜੇ ਤੋਂ ਰਾਤ ਦੇ 10 ਵਜੇ ਤੱਕ ਤੁਹਾਨੂੰ ਕੋਈ ਵੀ ਸਟੂਡੈਂਟ ਵੀਜ਼ਾ ਰਿਲੇਟਡ ਕੁਐਰੀ ਹੈ, ਕੁਐਸਚਨ ਹੈ, ਡਾਊਟ ਹੈ, ਤੁਸੀਂ ਇੱਥੇ ਕਾਲ ਕਰਕੇ ਪੁੱਛ ਸਕਦੇ ਹੋ, ਤੁਹਾਡੇ ਸਾਰੇ ਕੁਐਸਚਨਸ ਨੂੰ ਬਿਨੋ ਬਖੂਬੀ ਆਨਸਰ ਕੀਤਾ ਜਾਏਗਾ ਜੀ। ਇਸ ਤੋਂ ਇਲਾਵਾ ਸਪਾਊਸ ਦੀ ਇੱਕ ਹੋਰ ਖਾਸ ਗੱਲ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਕਦੇ ਟਾਈਮ ਹੁੰਦਾ ਸੀਗਾ ਕਿ ਸਪਾਊਸ ਜਿਹੜਾ ਹੈਗਾ ਉਹਦਾ ਪ੍ਰੋਫਾਈਲ ਮੈਟਰ ਨਹੀਂ ਕਰਦਾ, ਮੀਨ ਐਪਲੀਕੈਂਟ ਦਾ ਪ੍ਰੋਫਾਈਲ ਮੈਟਰ ਕਰਦਾ, ਸਪਾਊਸ ਚਾਹੇ ਅਨਪੜਿਆ ਹੋਵੇ, ਚਾਹੇ 5ਵੀਂ ਪਾਸ ਹੋਵੇ, 8ਵੀਂ ਪਾਸ ਹੋਵੇ, ਨਾਲ ਜਾ ਸਕਦਾ, ਅਤੇ ਫਿਲਹਾਲ ਹੁਣ ਕੀ ਕ੍ਰਾਈਟੀਰੀਆ? ਸੋ ਐਟਲੀਸਟ 12th ਪਾਸ ਹੋਣਾ ਚਾਹੀਦਾ, ਸਪਾਊਸ ਆਪ ਵੀ ਵਰਕਿੰਗ ਹੋਣਾ ਚਾਹੀਦਾ, ਐ ਨਹੀਂ ਕਿ ਬਿਲਕੁਲ ਵੀ ਕੋਈ ਕਮਾਈ ਨਹੀਂ ਕਰ ਰਿਹਾ, ਸੋ ਸਪਾਊਸ ਵੀ ਹੁਣ ਕੁਆਲੀਫਾਈਡ ਚਾਹੀਦਾ, ਸਪਾਊਸ ਵੀ ਵਰਕਿੰਗ ਹੋਣਾ ਚਾਹੀਦਾ, ਸਪਾਊਸ ਆਪਣੇ ਰਿਟਰਨਸ ਫਾਈਲ ਕਰ ਦੇਣਾ ਚਾਹੀਦਾ ਜੀ। ਜੀ ਬਿਲਕੁਲ, ਹੁਣ ਤਾਂ ਅਸੀਂ ਆਸਟ੍ਰੇਲੀਆ ਦੀ ਗੱਲ ਕਰਦੇ, ਆਸਟ੍ਰੇਲੀਆ ਤੋਂ ਬਾਅਦ ਅਸੀਂ ਜਿਹੜੀ ਅਗਲੀ ਕੰਟਰੀ ਬਾਰੇ ਗੱਲ ਕਰਾਂਗੇ ਉਹ ਵੀ ਕਾਫੀ ਡਿਜ਼ਾਇਰੇਬਲ ਹੈ, ਬਹੁਤ ਇਹੋ ਜਿਹੇ ਸਟੂਡੈਂਟਸ ਨੇ ਜਿਹੜੇ ਜਾਣਾ ਚਾਹੁੰਦੇ ਨੇ, ਅਤੇ ਉਹ ਹੈ ਕੈਨੇਡਾ। ਕੈਨੇਡਾ ਫਿਲਹਾਲ ਹੁਣ ਸੈਪਟੰਬਰ ਇਨਟੇਕ ਨਿਕਲ ਕੇ ਗਿਆ, ਕਾਫੀ ਰਿਜ਼ਲਟਸ ਹੈ ਜਿਹੜੇ ਸਾਹਮਣੇ ਆ ਚੁੱਕੇ ਨੇ। ਬਿਧੀ ਜੀ, ਮੈਂ ਜ਼ਰੂਰ ਚਾਹੂੰਗੀ ਕਿ ਤੁਸੀਂ ਸਟੂਡੈਂਟਸ ਨਾਲ ਜਿਹੜੇ ਹਾਲੇ ਅਪਲਾਈ ਕਰਨਾ ਚਾਹੁੰਦੇ ਨੇ ਜਾਂ ਹਾਲੇ ਪਲਾਨ ਕਰ ਰਹੇ ਨੇ, ਸੈਪਟੰਬਰ ਇਨਟੇਕਸ ਦੇ ਕੀ ਰਿਜ਼ਲਟਸ ਨੇ, ਮੈਂ ਚਾਹੂੰਗੀ ਉਹਨਾਂ ਨਾਲ ਜ਼ਰੂਰ ਸ਼ੇਅਰ ਕਰੋ। ਓਕੇ, ਸੋ ਜਨਵਰੀ ਹੁਣ ਆਲਮੋਸਟ ਖਤਮ ਹੋਣ 'ਤੇ ਆ ਗਿਆ, ਸਪਟੰਬਰ ਤਾਂ ਖਤਮ ਹੋਏ ਵੀ 2-3 ਮਹੀਨੇ ਹੋ ਚੱਲੇ ਆ। ਸਪਟੰਬਰ ਵਿੱਚ ਯੂਜਲੀ ਅਪਰੂਵਲ ਰੇਟ ਅਪ ਗਿਆ ਐਸ ਕੰਪੇਅਰ ਟੂ ਲਾਸਟ ਸਪਟੰਬਰ, ਪ੍ਰਧਾਨ ਮੰਤਰੀ ਮਿਸਟਰ ਨਰਿੰਦਰ ਮੋਦੀ ਦੀ ਵਿਜ਼ਿਟ ਤੋਂ ਬਾਅਦ ਤਾਂ ਹੋਰ ਬਹੁਤ ਪੋਜ਼ਿਟਿਵ ਹੋ ਗਿਆ, ਯੂਨੋ ਜਿੱਥੇ ਪਹਿਲੇ 65% ਅਪਰੂਵਲ ਰੇਟ ਚੱਲ ਰਿਹਾ ਸੀ, ਹੁਣ ਇਸ ਵੇਲੇ 75% 80% ਦੇ ਆਸ ਪਾਸ ਪਹੁੰਚ ਗਏ। ਉਸ ਤੋਂ ਬਾਅਦ ਲਿਬਰਲ ਪਾਰਟੀ ਦੇ ਜਿਹੜੇ ਨਵੇਂ ਪ੍ਰਧਾਨ ਮੰਤਰੀ ਆਏ ਮਿਸਟਰ ਜਸਟਿਨ ਟਰੂਡੋ, ਉਹਨਾਂ ਦੀਆਂ ਪੋਲਿਸੀਜ਼ ਇਮੀਗ੍ਰੇਸ਼ਨ ਨੂੰ ਲੈ ਕੇ ਬਹੁਤ ਕਲੀਅਰ ਹੈ, ਉਹ ਵੱਧ ਤੋਂ ਵੱਧ ਯੂਨੋ ਇਨਵਾਈਟ ਕਰਨਾ ਚਾਹੁੰਦੇ ਇਮੀਗ੍ਰੈਂਟਸ ਨੂੰ, ਬਹੁਤ ਹੀ ਪੋਜ਼ਿਟਿਵ ਪ੍ਰਧਾਨ ਮੰਤਰੀ ਹੈ ਕੈਨੇਡਾ ਦੇ, ਔਰ ਆਪਣੀ ਕਮਿਊਨਿਟੀ ਵੀ ਹੁਣ ਉੱਥੇ ਕਾਫੀ ਸਟਰੋਂਗ ਹੋ ਗਈ ਹੈ, ਰਫਲੀ 16-17 MPs ਨਵੇਂ ਇਲੈਕਟ ਹੋਏ ਹੈ, ਔਰ ਡਿਫੈਂਸ ਮਿਨਿਸਟਰ ਤੱਕ ਯੂਨੋ ਫਿਰ ਆਪਣਾ ਪੰਜਾਬੀਆਂ ਦਾ ਚੂਜ਼ ਹੋਇਆ। ਸੋ ਇਸ ਕਰਕੇ ਮਿਸਟਰ ਸੱਜਣ, ਮੈਂ ਉਹਨਾਂ ਨੂੰ ਵੀ ਕੰਗਰੈਚੁਲੇਟ ਕਰਨਾ ਚਾਹਾਂਗਾ। ਸੋ ਇਸ ਕਰਕੇ ਮੈਂ ਇਹੀ ਯੂਨੋ ਸਾਨੂੰ ਜੋ ਦਿਖ ਰਿਹਾ, ਸਾਨੂੰ ਜੋ ਲੱਗ ਰਿਹਾ, ਆਉਣ ਵਾਲੇ ਟਾਈਮ ਵਿੱਚ ਜੋ ਸਾਡੀਆਂ ਵੀ ਮੀਟਿੰਗਸ ਹੁੰਦੀਆਂ ਯੂਨੀਵਰਸਿਟੀਜ਼ ਨਾਲ, ਗੱਲਬਾਤ ਕਰੀ ਦੀ ਪੁੱਛੀ ਤਾਂ, ਆਉਣ ਵਾਲੇ ਸਮੇਂ ਵਿੱਚ ਸਟੂਡੈਂਟ ਵੀਜ਼ਾ ਵਿੱਚ ਤੁਸੀਂ ਹੋਰ ਵੀ ਇਨਕਰੀਜ਼ ਦੇਖੋਗੇ। ਆਉਣ ਵਾਲੇ ਸਮੇਂ ਵਿੱਚ ਕਾਲਜਿਸ ਨੂੰ ਆਲਰੇਡੀ ਇੰਸਟਰਕਸ਼ਨ ਜਾ ਚੁੱਕੀ ਹੈ ਕਿ ਆਪਣੀ ਕਪੈਸਿਟੀ ਇਨਕਰੀਜ਼ ਕਰ ਲਓ, ਜੇ 100 ਸੀਟਾਂ ਸੀਗੀਆਂ 150 ਕਰ ਲਓ, 150 ਸੀਗੀਆਂ 200 ਕਰ ਲਓ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਸਟੂਡੈਂਟ ਵੀਜ਼ਾ ਨੂੰ ਕੈਨੇਡਾ ਹੋਰ ਵੀ ਜ਼ਿਆਦਾ ਪੋਜ਼ਿਟਿਵਲੀ ਦੇਖ ਰਿਹਾ ਹੈ, ਕਿਉਂਕਿ ਸਟੂਡੈਂਟ ਕੰਟਰੀਬਿਊਟ ਬਹੁਤ ਕਰਦੇ ਆ।
ਪਹਿਲੀ ਗੱਲ ਤਾਂ ਜਾ ਕੇ ਫੀਸ ਲੈ ਕੇ ਜਾਂਦੇ ਰਫਲੀ 40-40, 50-50 ਹਜ਼ਾਰ ਡਾਲਰ 2-3 ਸਾਲਾਂ ਵਿੱਚ ਫੀਸ ਖਰਚਦੇ ਆ, ਉਸ ਤੋਂ ਬਾਅਦ ਰਹਿਣ ਸਹਿਣ ਵਿੱਚ ਉੱਥੇ ਕੰਟਰੀਬਿਊਟ ਕਰਦੇ, ਔਰ ਜਿਹੜੇ ਬੱਚੇ ਜਾਂਦੇ ਆ, ਸਟੂਡੈਂਟਸ ਜਾਂਦੇ ਆ, ਉਹ ਉੱਥੇ ਜਾ ਕੇ ਬਹੁਤ ਜਲਦੀ ਆਪਣੇ ਆਪ ਵਿੱਚ ਰਚਮਿਚ ਜਾਂਦੇ, ਸਿਸਟਮ ਵਿੱਚ ਰਚਮਿਚ ਜਾਂਦੇ ਆ, ਉੱਥੋਂ ਦੀ ਇਕੋਨਮੀ ਵਿੱਚ ਕੰਟਰੀਬਿਊਟ ਕਰਦੇ, ਇਸ ਕਰਕੇ ਸਟੂਡੈਂਟ ਵੀਜ਼ਾ 'ਤੇ ਹੋਰ ਗਰੋ ਕਰੇਗਾ। ਜਿਹੜੇ ਬੱਚੇ 2016 ਵਿੱਚ ਪਾਸ ਆਊਟ ਹੋ ਰਹੇ ਆ, ਮੈਂ ਉਹਨਾਂ ਨੂੰ ਇਹ ਖੁਸ਼ਖਬਰੀ ਦੇਣਾ ਚਾਹੂੰਗਾ ਕਿ ਕੈਨੇਡਾ 2016 ਵਿੱਚ ਵੱਧ ਚੜ੍ਹ ਕੇ ਰਿਕਰੂਟ ਕਰੇਗਾ ਸਟੂਡੈਂਟਸ। ਉਹ ਜੇ ਕੈਨੇਡਾ ਜਾਣ ਦਾ ਤੁਹਾਡਾ ਸੁਪਨਾ ਹੈ ਤਾਂ 2016 ਵਿੱਚ ਜ਼ਰੂਰ ਸਾਕਾਰ ਹੋਵੇਗਾ। ਜਨਵਰੀ ਸੈਸ਼ਨ ਦੇ ਰਿਜ਼ਲਟਸ ਆ ਰਹੇ ਹੈ, ਬਹੁਤ ਅੱਛੇ ਆ ਰਹੇ ਹੈ। ਪਿਰਾਮਿਡ ਈ ਸਰਵਿਸਿਸ ਦਾ ਰਫਲੀ ਪਰਸੈਂਟੇਜ ਅਪਰੂਵਲ ਬਹੁਤ ਉੱਪਰ ਹੁਣ ਜਾ ਚੁੱਕੀ ਹੈ, ਬਹੁਤ ਬੱਚਿਆਂ ਦੇ ਵੀਜ਼ੇਸ ਆ ਰਹੇ ਹੈ, ਔਰ ਜਨਵਰੀ ਸੈਸ਼ਨਸ ਦੇ ਦਾਖਲੇ ਪਰ ਹੁਣ ਖਤਮ ਹੋ ਚੁੱਕੇ ਹੈ। ਜੇ ਤੁਸੀਂ ਜਨਵਰੀ ਸੈਸ਼ਨ ਵਿੱਚ ਅਪਲਾਈ ਕਰਨਾ ਚਾਹੁੰਦੇ ਸੀ ਤਾਂ ਜਨਵਰੀ ਸੈਸ਼ਨ ਹੁਣ ਬਿਲਕੁਲ ਕਲੋਜ਼ ਹੋ ਚੁੱਕਾ ਹੈ ਪਿਰਾਮਿਡ 'ਤੇ ਵੀ, ਔਰ ਆਈ ਹੋਪ ਕਰਦਾ ਕਿ ਬਾਕੀ ਕੰਸਲਟੈਂਟ 'ਤੇ ਵੀ ਜਨਵਰੀ ਸੈਸ਼ਨ ਦੀਆਂ ਲੁਭਾਵਨੀ ਐਡਵਰਟਾਈਜ਼ਮੈਂਟ ਦੇ ਕੇ ਕਿਤੇ ਜਨਵਰੀ ਸੈਸ਼ਨ ਵਿੱਚ ਅਪਲਾਈ ਨਾ ਕਰ ਦੇਣਾ, ਕਿਉਂਕਿ ਟਾਈਮ ਲੰਘ ਚੁੱਕਾ। ਹੁਣ ਜਨਵਰੀ ਤੋਂ ਬਾਅਦ ਅਗਲਾ ਸੈਸ਼ਨ ਹੈ ਮਈ। ਮਈ ਵਿੱਚ ਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਕੋਲ ਦਸੰਬਰ, ਜਨਵਰੀ, ਫਰਵਰੀ, ਮਾਰਚ, ਅਪ੍ਰੈਲ ਸਾਰਾ ਟਾਈਮ ਪਿਆ ਹੋਇਆ, ਕਿਉਂਕਿ ਜਨਵਰੀ ਤੋਂ ਇੰਨੇ ਬੱਚੇ ਖੁੰਝੇ ਗਏ ਆ ਮਈ ਦੇ ਵਿੱਚ ਕਿ 50-75% ਸੀਟਾਂ ਆਲਰੇਡੀ ਕਾਲਜਾਂ ਦੀਆਂ ਜਨਵਰੀ ਸੈਸ਼ਨ ਕਰਕੇ ਹੀ ਭਰ ਚੁੱਕੀਆਂ। ਸੋ ਅਗਰ ਮਈ ਵਿੱਚ 100 ਸੀਟਾਂ ਸੀਗੀਆਂ, ਛਵੀ ਜੀ ਬਿਲੀਵ ਕਰੋ, ਜੋ ਕਾਲਜਿਸ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ, ਜੇ ਮਈ ਸੈਸ਼ਨ ਵਿੱਚ 100 ਸੀਟਾਂ ਸੀਗੀਆਂ ਕੈਨੇਡਾ ਵਿੱਚ, ਅਤੇ 50 ਸੀਟਾਂ ਆਲਰੇਡੀ ਜਨਵਰੀ ਵਾਲੇ ਬੱਚੇ ਲੈ ਚੁੱਕੇ ਆ, ਕਿਉਂਕਿ ਜਿਨ੍ਹਾਂ ਦੇ ਜਨਵਰੀ ਵਿੱਚ ਦਾਖਲੇ ਨਹੀਂ ਹੋਏ, ਜਿਨ੍ਹਾਂ ਦੇ ਜਨਵਰੀ ਵਿੱਚ ਆਈਲੈਟਸ ਦੇ ਸਕੋਰ ਨਹੀਂ ਆਏ ਜਾਂ ਪੈਸਾ ਅਰੇਂਜ ਨਹੀਂ ਹੋਇਆ, 50% ਸੀਟ ਮਈ ਸੈਸ਼ਨ ਦੀਆਂ ਆਲਰੇਡੀ ਭਰ ਚੁੱਕੀਆਂ। ਸੋ ਮੈਂ ਮੰਨ ਕੇ ਚੱਲ ਰਿਹਾ ਦਸੰਬਰ ਦੇ ਵਿੱਚ ਬਾਕੀ 50% ਸੀਟਾਂ ਵੀ ਭਰ ਜਾਂਦੀਆਂ। ਇਸ ਕਰਕੇ ਜੇ ਤੁਸੀਂ ਮਈ ਸੈਸ਼ਨ ਵਿੱਚ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਅਪਲਾਈ ਕਰੋ। ਸਾਡੇ ਜਿਹੜਾ ਹੈਲਪਲਾਈਨ ਹੈ 92-500-93-92-500-93, ਉੱਥੇ ਕਾਲ ਕਰਕੇ ਅਪੁਆਇੰਟਮੈਂਟ ਬੁੱਕ ਕਰਵਾਓ। ਤੁਸੀਂ ਜਿਹੜੀ ਵੀ ਪੜ੍ਹਾਈ ਕੀਤੀ ਹੈ ਮਈ ਵਿੱਚ, ਉਹਦੇ ਰਿਲੇਟਡ ਕੋਰਸ ਤੁਹਾਨੂੰ ਆਪਾਂ ਲੈ ਕੇ ਦੇਣ ਦੀ ਪੂਰੀ ਸਹਾਇਤਾ ਕਰਾਂਗੇ, ਪੂਰੀ ਮਦਦ ਕਰਾਂਗੇ, ਪਰ ਗਰੰਟੀ ਕੋਈ ਨਹੀਂ। ਕਿਉਂਕਿ ਮਈ ਕੰਪੈਰੇਟਿਵਲੀ ਛੋਟਾ ਸੈਸ਼ਨ ਹੈ, ਮਈ ਦੇ ਵਿੱਚ ਹਰ ਕਾਲਜ ਹਰ ਤਰ੍ਹਾਂ ਦਾ ਪ੍ਰੋਗਰਾਮ ਰਨ ਨਹੀਂ ਕਰਦਾ, ਪਰ ਹਾਂ ਪੜ੍ਹਾਈ ਦੇ ਰਿਲੇਟਡ ਕੋਰਸ ਜ਼ਰੂਰ ਮਿਲੇਗਾ ਮਨਪਸੰਦ ਕਾਲਜ, ਚਾਹੇ ਮਿਲੇ ਨਾ ਮਿਲੇ। ਸੋ ਮਈ ਸੈਸ਼ਨ ਲਈ ਇਮੀਡੀਏਟਲੀ ਅਪਲਾਈ ਕਰੋ। ਗ੍ਰੈਜੂਏਟ ਸਟੂਡੈਂਟਸ ਵੀ 6 ਬੈਂਡ 'ਤੇ ਹੁਣ ਆਪਣਾ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰ ਸਕਦੇ ਆ। ਮਈ ਸੈਸ਼ਨ ਲਈ ਗ੍ਰੈਜੂਏਟ ਸਟੂਡੈਂਟ 6 ਬੈਂਡ 'ਤੇ ਵੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ, ਖਾਸ ਕਰ ਇੰਜੀਨੀਅਰਿੰਗ, BBA, BCOM, MBA ਸਟੂਡੈਂਟ। ਜੀ ਬਿਲਕੁਲ ਦਰਸ਼ਕੋ, ਅੱਜ ਸ਼ੋਅ ਦੇ ਵਿੱਚ ਅਸੀਂ ਕੈਨੇਡਾ ਅਤੇ ਆਸਟ੍ਰੇਲੀਆ ਬਾਰੇ ਤੁਹਾਨੂੰ ਕਾਫੀ ਜਾਣਕਾਰੀ ਦਿੱਤੀ ਹੈ, ਲੇਕਿਨ ਫਿਰ ਵੀ ਜੇ ਤੁਹਾਡੇ ਕੋਈ ਸਵਾਲ ਹੈ ਉਹ ਤੁਸੀਂ ਪਿਰਾਮਿਡ ਈ ਸਰਵਿਸਿਜ਼ ਦੇ ਆਫਿਸ ਦੇ ਵਿੱਚ ਆ ਕੇ ਕਲੀਅਰ ਕਰ ਸਕਦੇ ਹੋ। ਜਲੰਧਰ, ਲੁਧਿਆਣਾ, ਮੋਗਾ, ਚੰਡੀਗੜ੍ਹ, ਇਹਨਾਂ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਆਫਿਸਿਸ ਨੇ, ਜਿਹੜਾ ਵੀ ਨੀਅਰ ਬਾਏ ਆਫਿਸ ਹੈ ਤੁਸੀਂ ਉੱਥੇ ਜਾ ਕੇ ਵਿਜ਼ਿਟ ਕਰ ਸਕਦੇ ਹੋ। ਸੋ ਹੁਣ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਕੁਝ ਇੱਦਾਂ ਦੇ ਸਟੂਡੈਂਟਸ ਦੇ ਨਾਲ ਜਿਨ੍ਹਾਂ ਨੇ ਪਿਰਾਮਿਡ ਈ ਸਰਵਿਸਿਜ਼ ਦੇ ਵਿੱਚ ਆ ਕੇ ਆਪਣਾ ਬਾਹਰ ਜਾਣ ਦਾ ਸੁਪਨਾ ਸਾਕਾਰ ਕੀਤਾ। ਸੋ ਕਿਹੋ ਜਿਹੜਾ ਉਹਨਾਂ ਦਾ ਸਫ਼ਰ ਅਸੀਂ ਸੁਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਹਾਂ ਵੱਲੋ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨ ਸਿੰਘ ਹੈ ਅਤੇ ਮੈਂ ਬੱਲਾਚੌਰ ਤੋਂ ਆਇਆ ਹੋਇਆ, ਡਿਸਟ੍ਰਿਕਟ SBS ਨਗਰ ਤੋਂ। ਮੈਨੂੰ ਇੱਕ ਪਿਰਾਮਿਡ ਈ ਸਰਵਿਸਿਸ ਬਾਰੇ ਇੱਕ ਟੀਚਰ ਤੋਂ ਪਤਾ ਲੱਗਿਆ ਅਤੇ ਉਹਨਾਂ ਨੇ ਮੈਨੂੰ ਪੋਸਟ ਕੀਤਾ ਕਿ ਤੂੰ ਉੱਥੇ ਜਾ ਕੇ ਆਪਣੀ ਕੋਰਸ ਬਾਰੇ ਪਤਾ ਕਰ, ਅਤੇ ਮੈਂ ਇਹਨਾਂ ਕੋਲ ਆਇਆ ਅਤੇ ਮਿਸ ਨਤਾਸ਼ਾ ਮੈਮ, ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ, ਅਤੇ ਇਸ ਲਈ ਮੈਂ ਉਹਨਾਂ ਦੇ ਕਰਕੇ ਹੀ ਮੈਂ ਆਪਣੇ ਕੋਲੇਜ ਮਹੋਕ ਕੋਲੇਜ ਅਪਲਾਈ ਕੀਤਾ, ਅਤੇ ਇੱਕ ਕੋਰਸ ਜਿਸ ਤੋਂ ਮੈਂ ਪਹਿਲਾਂ ਤੋਂ ਹੀ ਮੈਨੂੰ ਵਧੀਆ ਲੱਗਦਾ ਸੀ, ਦੈਟ ਇਜ਼ ਬਿਜ਼ਨਸ ਫਾਈਨੈਂਸ਼ੀਅਲ ਸਰਵਿਸਿਸ, ਅਤੇ ਇਸ ਕੋਰਸ ਵਿੱਚ ਮੈਂ ਅਪਲਾਈ ਕੀਤਾ ਅਤੇ ਮੇਰਾ ਵੀਜ਼ਾ 7 ਦਿਨਾਂ ਦੇ ਵਿੱਚ ਆ ਗਿਆ, ਅਤੇ ਮੈਂ ਪਿਰਾਮਿਡ ਈ ਸਰਵਿਸਿਸ ਦਾ ਅਤੇ ਮਿਸਟਰ ਬਬਨੂਰ ਸਿੰਘ ਬੇਦੀ ਜੀ ਦਾ ਬਹੁਤ ਧੰਨਵਾਦ ਕਰਦਾ ਕਿ ਉਹ ਬੱਚਿਆਂ ਦੇ ਭਵਿੱਖ ਬਣਾਉਣ ਵਿੱਚ ਉਹਨਾਂ ਦੀ ਮਦਦ ਕਰਦੇ ਨੇ। ਅਤੇ ਇਹ ਹੈ ਜੀ ਮੇਰਾ ਵੀਜ਼ਾ। ਮਾਈ ਨੇਮ ਇਜ਼ ਰੋਹਿਤ ਸੂਦ, ਆਈ ਬਿਲੋਂਗ ਟੂ ਮੋਗਾ ਸਿਟੀ ਐਂਡ ਆਈ ਐਮ ਗੋਇੰਗ ਫੋਰ ਕੈਨੇਡਾ ਇਨ ਸ਼ੈਲਟਨ ਕਾਲਜ ਫੋਰ ਮਾਈ ਫਰਦਰ ਫਿਊਚਰ।
and I am very happy with PI Pyramid e-services and from here I got so much knowledge and I am very happy with staff and the staff over there is very polite and I am very thankful to Pyramid e-services and this is my visa for Canada. Thank you so much. My name is Kulvinder Kaur and I am from village Khalwada. One of my friend told me about Pyramid e-services. She got her visa within 20 days. So I came here and I consulted with Natasha ma'am and after that she guided me for my course and I chose computer science in University of Fraser Valley and I got my visa within 8 days and I really very thankful to Pyramid e-services. Thank you. ਮੈਂ ਪਹਿਲੀ ਵਾਰ ਇੱਥੇ ਜਦੋਂ ਆਇਆ ਆਪਣੇ ਪਿਰਾਮਿਡ 'ਚ ਅਤੇ ਅਪਲਾਈ ਕੀਤਾ ਅਤੇ ਬੜਾ ਚੰਗਾ ਲੱਗਾ ਦਫ਼ਤਰ ਦਾ ਸਟਾਫ ਕੋਪਰੇਟਿਵ ਸਟਾਫ ਐਂਡ ਪਿਰਾਮਿਡ ਅਤੇ ਫਰਮ ਜੋ ਬੜਾ ਬੜਾ ਈਜ਼ੀਲੀ ਅਪਰੋਚੇਬਲ ਹੈ ਔਰ ਬੜਾ ਵਧੀਆ ਕੰਮ ਕਰਦੀ ਹੈ ਔਰ ਬੱਚਿਆਂ ਨੂੰ ਵੀ ਸਹੀ ਗਾਈਡ ਕਰਦੀ ਹੈ ਔਰ ਕੋਈ ਵੀ ਇਸ 'ਤੇ ਕਿਸੇ ਤਰ੍ਹਾਂ ਫਰਾਡ ਨਹੀਂ ਹੁੰਦਾ ਬੱਚਿਆਂ ਨੂੰ ਸਹੀ ਗਾਈਡ ਕਰਕੇ ਔਰ ਸਹੀ ਵੀਜ਼ਾ ਦੇ ਦਿੰਦੀ ਹੈ ਥੈਂਕ ਯੂ ਮਾਈ ਨੇਮ ਇਜ਼ ਜਸਮੀਨ ਕੌਰ ਐਂਡ ਆਈ ਹੈਵ ਗੋਟ ਮਾਈ ਵੀਜ਼ਾ ਇਨ ਵਿਦ ਇਨ ਓਨਲੀ 6 ਵਰਕਿੰਗ ਡੇਸ ਐਂਡ ਆਈ ਕੇਮ ਟੂ ਨਿਊ ਅਬਾਊਟ ਦਿਸ ਪਿਰਾਮਿਡ ਸਰਵਿਸਿਸ ਫਰੋਮ ਐਡਵਰਟਾਈਜ਼ਮੈਂਟ ਇਨ ਨਿਊਜ਼ ਪੇਪਰ ਐਂਡ ਆਲਸੋ ਇਨ ਟੈਲੀਵਿਜ਼ਨ ਐਂਡ ਆਈ ਐਮ ਵੈਰੀ ਥੈਂਕਫੁਲ ਟੂ ਦ ਆਲ ਦ ਟੀਮ ਮੈਂਬਰਸ ਔਫ ਦ ਪਿਰਾਮਿਡ ਸਰਵਿਸਿਸ ਫੋਰ ਗਿਵਿੰਗ ਮੀ ਸੱਚ ਸਪੋਰਟ ਐਂਡ ਫੋਰ ਮਾਈ ਵੀਜ਼ਾ ਕੈਂਡੀ ਵੀਜ਼ਾ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਕੀਰਤ ਸਿੰਘ ਹੈ ਅਤੇ ਪਿੰਡ ਕੋਰੇਵਾਲਾ ਡਿਸਟ੍ਰਿਕਟ ਮੋਗਾ ਮੈਨੂੰ ਪਿਰਾਮਿਡ ਬਾਰੇ ਆਪਣੇ ਫਰੈਂਡ ਤੋਂ ਜਾਣਕਾਰੀ ਮਿਲੀ ਸੀ ਅਤੇ ਇਹਨਾਂ ਨੇ ਬਹੁਤ ਕੋਆਪਰੇਟ ਕੀਤਾ ਅਤੇ ਮੇਰਾ ਵੀਜ਼ਾ 7 ਦਿਨ ਦੇ ਅੰਦਰ ਆ ਗਿਆ ਸੀ ਅਤੇ ਇਹ ਹੈ ਜੀ ਮੇਰਾ ਵੀਜ਼ਾ ਮੇਰਾ ਕੋਰਸ ਹੈਗਾ ਕੰਪਿਊਟਰ ਸਿਸਟਮ ਟੈਕਨੀਸ਼ੀਅਨ ਦਾ ਮੋਹਾਕ ਕਾਲਜ ਹੈਮਿਲਟਨ ਦੇ ਵਿੱਚ ਤਾਂ ਦਰਸ਼ਕੋ ਇਹ ਸਨ ਕੁਝ ਇੱਦਾਂ ਦੇ ਐਕਸਪੀਰੀਅੰਸਿਸ ਹੋ ਤੁਸੀਂ ਵੀ ਇਹਨਾਂ 'ਚੋਂ ਲੱਕੀ ਬਣ ਸਕਦੇ ਹੋ ਜੇ ਤੁਸੀਂ ਵੀ ਇੱਕ ਸਹੀ ਰਾਹ ਚੁਣੋਗੇ ਸਹੀ ਗਾਈਡੈਂਸ ਲਉਂਗੇ ਸੋ ਅੱਜ ਦੇ ਸ਼ੋਅ ਦੇ ਵਿੱਚ ਇੰਨਾ ਹੀ ਬੇਦੀ ਜੀ ਇਸ ਸ਼ੋਅ ਦੇ ਵਿੱਚ ਆਉਣ ਦੇ ਲਈ ਕਿਤੇ ਕੀਮਤੀ ਸਮਾਂ ਸ਼ੋਅ ਨੂੰ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦਰਸ਼ਕੋ ਇਸੇ ਦੇ ਨਾਲ ਮੈਨੂੰ ਯਾਨੀ ਕਿ ਛਵੀਂ ਤੋਂ ਇਜਾਜ਼ਤ ਮੁੜ ਕੇ ਹਾਜ਼ਰ ਹੋਵਾਂਗੇ ਇਸੇ ਸ਼ੋਅ 'ਤੇ ਇਸੇ ਵੇਲੇ ਧੰਨਵਾਦ